ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ, ਤੁਮਰੀ ਮਹਿਮਾ ਬਰਨ ਨਾ ਸਾਖੋਂ, ਤੂੰ ਠਾਕੁਰ ਊਚ ਭਗਵਾਨ, ਬਦ ਬਖਤ ਹਮ ਚੂੰ ਬਖੀਲ ਗਾਫਿਲ, ਬੇਨਜ਼ਰ ਬੇਬਾਕ, ਨਾਨਕ ਬੁਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾਖਾਕ, ਨਾਨਕ ਬੁਗੋਇਤ ਜਨ ਤੁਰਾ, ਤੇਰੇ ਚਾਕਰਾਂ ਪਾਖਾਕ। ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ, ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ, ਸ਼ਬਦ ਗੁਰਪੀਰਾ ਵਾਲੀਏ ਕੁੱਲ ਆਲਮ ਗਿਆਨ ਦੇ ਭੰਡਾਰ, ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਮਾਨਵਤਾ ਨੂੰ ਦ੍ਰਿੜਾਉਣ ਵਾਲੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰਦੇਵ ਜੀ ਦੇ ਸਨਮੁਖ ਉਚੇਚੇ ਤੌਰ ਤੇ ਅਸ਼ਟਮ ਬਲਬੀਰਾ ਬਾਲਾ ਪ੍ਰੀਤਮ ਪਿਤਾ ਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਮੁਬਾਰਕ ਮੁਕੱਦਸ ਚਰਨ ਛੋਹ ਪ੍ਰਾਪਤ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਜੇ ਦੀਵਾਨ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਗੁਰੂ ਸਵਾਰੀ ਸਤਸੰਗੀ ਜਨੋ ਮਾਲਕ ਦਾ ਤਰਸ ਹੋਇਆ ਜੋ ਗੁਰੂ ਦੀ ਗੋਦ ਵਿੱਚ ਜੁੜ ਬੈਠਣ ਦਾ ਸੁਭਾਗ ਸਮਾਂ ਮਿਲਿਆ। ਅੰਮ੍ਰਿਤ ਬਾਣੀ ਵਿੱਚੋਂ ਗੁਰੂ ਪਾਤਸ਼ਾਹ ਦੇ ਹੁਕਮ ਸਾਨੂੰ ਮਿਲਦੇ ਨੇ, ਜਿਨ੍ਹਾਂ ਰਾਹੀਂ ਬਾਬਾ ਜੀ ਨੇ ਗੁਰੂ ਸਾਹਿਬ ਨੇ ਸਮਝਾਇਆ ਕਿ ਜਾਕੇ ਮਸਤਕ ਕਰਮ ਪ੍ਰਭ ਪਾਏ, ਸਾਧ ਸ਼ਰਨ ਨਾਨਕ ਤੇ ਆਏ। ਸਤਿਗੁਰੂ ਮਹਾਰਾਜ ਦੀ ਸੰਤ ਸਾਧ ਮੁਕੰਮਲ ਗੁਰੂ ਪੂਰਨ ਗੁਰੂ ਸਮਰੱਥ ਗੁਰੂ ਦੀ ਹਾਜ਼ਰੀ ਗੋਦ ਵਿੱਚ ਜੁੜਨ ਦੀ ਇਹ ਸਮੇਂ ਦੀ ਜਿਹੜੀ ਦਾਤ ਹੈ ਨਾ, ਇਹ ਅਕਾਲ ਪੁਰਖ ਦੇ ਤਰਸ ਦੀ ਬਰਕਤ ਨਾਲ ਮਿਲਦੀ ਹੈ। ਸੋ ਬਹੁਤ ਵੱਡੇ ਭਾਗ ਜੋ ਸਤਸੰਗ ਕਰਨ ਦਾ ਸੁਭਾਗ ਮਿਲਿਆ ਜੀ। ਗੁਰ ਸ਼ਬਦ ਬਾਣੀ ਕੀਰਤਨ ਗੁਰੂ ਕੇ ਕੀਰਤਨੀਆਂ ਤੋਂ ਆਪ ਜੀ ਨੇ ਆਸਾਕੀ ਵਾਰ ਸ਼ਬਦ ਕੀਰਤਨ ਦੇ ਰੂਪ ਵਿੱਚ ਬੜੇ ਪਿਆਰ ਨਾਲ ਸ਼ਰਵਣ ਕੀਤੇ ਹਨ। ਉਪਰੰਤ ਪਾਵਨ ਦਰਬਾਰ ਵਿਖੇ ਚੱਲ ਰਹੀ ਗੁਰ ਸ਼ਬਦ ਬਾਣੀ ਦੀ ਵਿਚਾਰ, ਅੱਜ ਦੀ ਵਿਚਾਰ ਵਿੱਚ ਲੜੀਵਾਰ ਗੁਰੂ ਕੇ ਹੁਕਮਾਂ ਦਾ ਮੂਲ ਪਾਠ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਸਾਹਿਬ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੁਰਾਂ ਪਾਸੋਂ ਬੜੇ ਪਿਆਰ ਨਾਲ ਬਚਨ ਸਰਵਣ ਕੀਤੇ ਨੇ। ਸਮਾਂ ਵਿਚਾਰਦਾ ਗੁਰੂ ਪਿਆਰਿਓ, ਆਓ ਅਗਲੇ ਸਮੇਂ ਵਿੱਚ ਅੱਜ ਦੇ ਵਿਚਾਰ ਵਿੱਚ ਆਏ ਗੁਰੂ ਕੇ ਹੁਕਮਾਂ ਨੂੰ ਸਮਝਣ ਦਾ ਯਤਨ ਕਰੀਏ ਜੀ, ਜਿਸ ਦੇ ਰਾਹੀਂ ਮਾਲਕ ਨੇ ਤਰਸ ਕੀਤਾ ਸਾਨੂੰ ਸਮਝਾਇਆ।
ਕਿ ਸਾਰੇ ਜੀਵਾਂ ਦਾ ਮਾਲਕ ਅਕਾਲ ਪੁਰਖ ਹੈ ਔਰ ਉਸ ਦੇ ਨਾਲ ਆਪਾਂ ਜੁੜਨਾ ਹੈ, ਉਸ ਦੀ ਇਬਾਦਤ ਕਰਨੀ ਹੈ ਤਾਂ ਕਿ ਇਹ ਜਨਮ ਇਹ ਜੀਵਨ ਸਕਾਰਥ ਅਤੇ ਪ੍ਰਵਾਨ ਹੋ ਸਕੇ। ਸੋ ਗੁਰੂ ਬਾਬਾ ਜੀ ਦੇ ਬਚਨਾਂ ਦੇ ਵਿਚਾਰ ਨਾਲ ਸਾਂਝ ਤੋਂ ਪਹਿਲਾਂ ਲਗਾਓ ਹਾਜ਼ਰੀ, ਗੁਰੂ ਫਤਿਹ ਦੀ ਪ੍ਰਵਾਨਗੀ ਬਖਸ਼ੋ, ਕੋਈ ਰਸਨਵਾਂਜੀ ਨਾ ਰਵੇ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਚਨ ਅੰਮ੍ਰਿਤ ਬਾਣੀ ਸੁਖਮਨੀ ਸਾਹਿਬ ਦੇ ਵਿੱਚੋਂ ਹਨ। ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਮਹਾਰਾਜ ਸ਼ਹੀਦਾਂ ਦੇ ਸਰਤਾਜ, ਸਤਿਗੁਰਾਂ ਦੇ ਮੁਖਾਰਬਿੰਦ ਚੋਂ ਉਚਾਰੇ ਬਚਨ ਨੇ ਤੇ ਇਸ ਦੇ ਵੀ ਜਿਹੜਾ ਸ਼ਲੋਕ ਹੈ ਨਾ ਉਹ ਇਸ ਵਿਸ਼ੇ ਨੂੰ ਖੋਲ, ਜਿਹੜਾ ਵਿਸਥਾਰ ਅੱਜ ਇਹਨਾਂ ਅਸ਼ਟਪਦੀ ਦੇ ਰੂਪ ਵਿੱਚ ਗੁਰੂ ਨੇ ਕੀਤਾ ਉਹ ਬਚਨ ਨੇ ਵੀ ਜੀ ਜੰਤ ਕੇ ਠਾਕੁਰਾ ਆਪੇ ਵਰਤਣਹਾਰ, ਨਾਨਕ ਇੱਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਕਹਿੰਦੇ ਹਨ ਉਹ ਸਾਰੇ ਜੀਵਾਂ ਦਾ ਜੰਤੂਆਂ ਦਾ ਆਪ ਮਾਲਕ ਹੈ, ਆਪ ਹੀ ਸਭਨਾ ਵਿੱਚ ਸਮਸਤ ਵਿੱਚ ਮੌਜੂਦ ਹੈ, ਵਰਤ ਰਿਹਾ, ਵਿਆਪਕ ਹੈ। ਇਸ ਕਰਕੇ ਕਹਿੰਦੇ ਵੀ ਹੇ ਨਾਨਕ ਉਹ ਇੱਕੋ ਇੱਕ ਪਸਰਿਆ ਹੋਇਆ ਸਭ ਥਾਈ, ਜਿਸ ਨੂੰ ਘਟਾ ਪੁਰਖ ਆਖਿਆ ਜਾਂਦਾ ਹੈ, ਜਿਸ ਨੂੰ ਘੱਟ ਘੱਟ ਮੈਂ ਹਰਜੂ ਬਸੈ ਕਹਿ ਕੇ ਯਾਦ ਕੀਤਾ ਜਾਂਦਾ ਹੈ। ਤੇ ਸਤਿਗੁਰੂ ਪਿਤਾ ਜੀ ਮਹਾਰਾਜ ਅੱਜ ਐਸੇ ਅਕਾਲ ਪੁਰਖ ਵਾਹਿਗੁਰੂ ਜੋ ਸਭਨਾ ਵਿੱਚ ਹੈ ਤੇ ਇੱਕੋ ਹੈ, ਹੋਰ ਦੂਸਰਾ ਨਹੀਂ, ਤੇ ਜੀਵਨ ਮਨੋਰਥ ਸਮਝਾਉਂਦੇ ਨੇ ਸਾਨੂੰ ਵੀ ਉਸੇ ਨੂੰ ਤੂੰ ਮਿਲਣ ਆਇਆ, ਉਸੇ ਦੀ ਇਬਾਦਤ ਦੀ ਜਿਹੜੀ ਤੇਰੇ ਤੇ ਕਿਰਪਾ ਵਰਤੇਗੀ, ਬੰਦਗੀ ਦੀ ਯਾਦ ਦੀ ਰਹਿਮਤ ਹੋਵੇਗੀ ਤੇ ਤੇਰਾ ਜੀਵਨ ਪ੍ਰਵਾਨ ਹੈ। ਉਹ ਕਿਸ ਤਰੀਕੇ ਹੋਣਾ ਜੀ? ਅੱਜ ਦੇ ਇਸ ਬਚਨ ਵਿੱਚ ਜੋ ਵਿਚਾਰ ਅਧੀਨ ਹੈ, ਪਹਿਲਾ ਬੰਦ ਜਿਸ ਦਾ ਮੂਲ ਪਾਠ ਸੁਣਿਆ ਜੀ ਆਪ ਜੀਆਂ ਨੇ, ਉੱਥੇ ਸਾਹਿਬ ਕਹਿੰਦੇ ਹਲਤ ਪਲਤ ਦੋਏ ਲੇ ਹੋ ਸਵਾਰ। ਹਲਤ ਤੇ ਪਲਤ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਹੁਤ ਵਾਰੀ ਸ਼ਬਦ ਆਇਆ ਹੈ। ਹਲਤ ਪਲਤ ਦਾ ਭਾਵ ਹੈ ਇੱਥੇ ਵੀ ਤੇ ਅੱਗੇ ਵੀ। ਇੱਥੇ ਜੀਂਦੇ ਆ ਜੀ, ਅਗਰ ਤੂੰ ਆਪਣੇ ਮਾਲਕ ਦੀ ਇਬਾਦਤ ਕਰਦਾ, ਖਾਲੀ ਇਹ ਅੱਖਰ ਵੀ ਹਲਤ ਪਲਤ ਬਹੁਤ ਵਾਰੀ ਸੀ ਮੈਂ ਸਾਂਝਾ ਕੀਤਾ, ਕਿਉਂਕਿ ਜਿੱਥੇ ਵੀ ਗੁਰੂ ਪਾਤਸ਼ਾਹ ਸਿਮਰਨ ਦੀ ਪ੍ਰੇਰਣਾ ਦਿੰਦੇ ਨੇ, ਜਿੱਥੇ ਵੀ ਗੁਰਦੇਵ ਅਕਾਲ ਪੁਰਖ ਦੀ ਬੰਦਗੀ ਦੀ ਗੱਲ ਸਮਝਾਉਂਦੇ ਨੇ, ਉੱਥੇ ਹਲਤ ਪਲਤ ਸ਼ਬਦ ਦੀ ਬਹੁਤਾਤ ਵਿੱਚ ਵਰਤੋਂ ਹੈ। ਤੇ ਜਿਨ੍ਹਾਂ ਨੇ ਜਪਿਆ ਫਿਰ ਉਹਨਾਂ ਵਾਸਤੇ ਹਲਤ ਪਲਤ ਵਰਤ ਕੇ ਕਹਿੰਦੇ ਵੀ ਉਹ ਸਫਲ ਹੋ ਗਏ ਨੇ, ਉਹਨਾਂ ਨੂੰ ਜੀਵਨ ਵਿੱਚ ਸੁੱਖ ਮਿਲਿਆ। ਹਲਤ ਸੁੱਖ ਪਲਤ ਸੁੱਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਤੇ ਨਾਲ ਅੱਗੇ ਜ਼ਿਕਰ ਕੀਤਾ ਵੀ ਨਿਤ ਧਿਆਇਆ ਤੇਰਾ ਮੁਖ ਉਜਲ ਹੋਵੇਗਾ ਹਲਤ ਵਿੱਚ ਵੀ ਤੇ ਪਲਤ ਵੀ, ਪਰ ਇਸ ਦੇ ਲਈ ਜਹ ਹਰ ਸਿਮਰਨ ਭਇਆ ਤੈ ਉਪਾਦ ਗਤਕੀਨੀ। ਗੱਲ ਸਿਮਰਨ ਦੀ ਹੈ, ਇੱਥੇ ਵੀ ਹੁਕਮ ਹੈ ਹਲਤ ਪਲਤ ਦੋਏ ਲੇਹੋ ਸਵਾਰ। ਬੜਾ ਵੱਡਾ ਸਵਾਲ ਖੜਾ ਕਰਦੀ ਹੈ ਸੰਗਤ, ਬਾਬਾ ਜੀ ਜੀਵਨ ਸਫਲ ਕਿਵੇਂ ਹੋਵੇ?
ਹੁਣ ਦਿੱਕਤ ਇਹ ਹੈ ਨਾ ਵੀ ਆਪਾਂ ਗੁਰਬਾਣੀ ਦੇ ਨਜ਼ਦੀਕ ਜਾਣਾ ਨਹੀਂ ਸੀ ਚਾਹੁੰਦੇ, ਮੱਥਾ ਟੇਕਣਾ ਤੇ ਬੜਾ ਸੋਹਣਾ, ਰੁਮਾਲਾ ਸਾਹਿਬ ਭੇਟ ਕਰਨਾ ਵੀ ਮੁਬਾਰਕ ਹੈ ਪਿਆਰਿਓ। ਦਿੱਕਤ ਹੈ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਆਪ ਅਗਰ ਪੜਿਆ ਹੋਵੇ, ਆਪ ਪਿਆਰ ਦੇ ਨਾਲ ਪਾਠ ਕੀਤਾ ਹੋਵੇ, ਤੇ ਇਹ ਗੱਲ ਬਿਲਕੁਲ ਸਪਸ਼ਟ ਹੈ, ਸਾਨੂੰ ਪੁੱਛਣ ਦੀ ਲੋੜ ਹੀ ਨਾ ਪਵੇ ਕਿ ਜੀ ਹਾਲਤ ਪਲਤ ਸੁਹੇਲਾ ਕਿਵੇਂ ਹੋਵੇਗਾ, ਜੀਵਨ ਸਫਲ ਕਿਵੇਂ ਹੋਵੇਗਾ। ਸਾਹਿਬ ਕਹਿੰਦੇ ਨੇ ਅਗਰ ਤੂੰ ਆਪਣੇ ਜੀਵਨ ਨੂੰ, ਜ਼ਿੰਦਗੀ ਨੂੰ, ਜਨਮ ਨੂੰ ਸਕਾਰਥਾ ਕਰਨਾ ਚਾਹੁੰਦਾ ਤੇ ਕੀ ਕਰਨਾ ਪਏਗਾ, ਰਾਮ ਨਾਮ ਅੰਤਰ ਉਰ ਧਾਰ। ਗੁਰੂ ਦੇ ਨਾਮ ਨੂੰ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕਾ ਕੇ ਰੱਖ, ਉਸ ਨੂੰ ਵਸਾ ਲੈ, ਉਸ ਮਾਲਕ ਦੇ ਨਾਮ ਨੂੰ ਜਪਿਆ ਕਰ, ਉਸ ਪ੍ਰੀਤਮ ਵਾਹਿਗੁਰੂ ਰੱਬ ਦੇ ਗੁਣਾਂ ਨੂੰ ਗਾਇਆ ਕਰ। ਈਹਾ ਖਾਟ ਚਲੋ ਹਰ ਲਾਹਾ, ਉਹ ਲਾਹਾ ਖੱਟਣ ਦੀ ਜਿਹੜੀ ਗੱਲ ਹੈ ਨਾ ਇੱਥੇ, ਈਹਾਂ ਇਸ ਲੋਕ ਵਿੱਚ, ਇਸ ਜੀਵਨ ਵਿੱਚ, ਉਹ ਬੰਦਗੀ ਹੈ ਸਾਧ ਸੰਗਤ। ਕਰ ਸਾਧ ਸੰਗਤ ਸਿਮਰ ਮਾਧੋ, ਕੀ ਹੋਏਗਾ, ਹੋਏ ਪਤਿਤ ਪੁਨੀਤ। ਅੱਗਾ ਸਵਾਰਨ ਦੀ ਦੌੜ ਜ਼ਰੂਰ ਹੈ, ਪਰ ਵਰਤਮਾਨ ਨੂੰ ਜਿਸ ਨੇ ਸੰਭਾਲਿਆ ਉਹਨੂੰ ਚਿੰਤਾ ਦੀ ਲੋੜ ਨਹੀਂ, ਉਸ ਨੂੰ ਫਿਕਰ ਨਹੀਂ ਕਰਨਾ ਚਾਹੀਦਾ, ਕੋਈ ਸਹਿਮ ਕੋਈ ਡਰ ਨਹੀਂ ਅੰਦਰ ਰਹਿਣਾ ਚਾਹੀਦਾ ਵੀ ਅੱਗੇ ਕੀ ਹੋਏਗਾ। ਪਾਤਸ਼ਾਹ ਕਹਿੰਦੇ ਈਹਾਂ ਖਾਟ ਚਲੋ ਹਰ ਲਾਹਾ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ, ਤੂੰ ਇੱਥੇ ਬੰਦਗੀ ਕਰ, ਰਾਮ ਅੰਤਰ ਉਰ ਧਾਰ। ਵਾਹਿਗੁਰੂ ਦੇ ਨਾਮ ਨੂੰ ਆਪਣੇ ਅੰਤਕਰਨ ਦੇ ਵਿੱਚ ਟਿਕਾ ਲੈ। ਵੇਖੋ ਯਾਦ ਵਿੱਚ ਕੁਛ ਨਾ ਕੁਛ ਹਰ ਮਨੁੱਖ ਦੇ ਹਮੇਸ਼ਾ ਹੀ ਵਸਿਆ ਰਹਿੰਦਾ ਹੈ, ਹਮੇਸ਼ਾ। ਕੋਈ ਵੀ ਮਨੁੱਖ ਐਸਾ ਨਹੀਂ ਜਿਸ ਦੀ ਯਾਦ ਵਿੱਚ, ਜਿਸ ਦੇ ਅੰਦਰ ਕੁਛ ਨਾ ਕੁਛ ਹਮੇਸ਼ਾ ਯਾਦ ਨਾ ਰਵੇ। ਹਰ ਚੀਜ਼ ਹੈ, ਮਾਇਆਧਾਰੀ ਨੇ ਮਾਇਆ ਵਿੱਚ ਚਿੱਤ ਲਾਉਣਾ, ਅਹੰਕਾਰੀ ਨੇ ਅਹੰਕਾਰ ਦੀਆਂ ਗੱਲਾਂ ਨੂੰ ਆਪਣੇ ਅੰਦਰ ਵਸਾਉਣਾ, ਵਪਾਰੀ ਦਾ ਵਪਾਰ ਵੀ ਚਿੱਤ ਰਹਿੰਦਾ, ਉਹ ਉੱਠਦੇ ਆ ਬਹਿੰਦੇ ਆ ਉਸਦੀ ਸੁਰਤ ਹਮੇਸ਼ਾ ਆਪਣੇ ਕਾਰ ਵਿਹਾਰ ਵਿੱਚ ਹੈ। ਲੇਕਿਨ ਜਿਹੜੇ ਵਾਹਿਗੁਰੂ ਨਿਰੰਕਾਰ ਰੱਬ ਜੀ ਦੀ ਇਬਾਦਤ ਵਿੱਚ ਜੁੜੀਆਂ ਹੋਈਆਂ ਰੂਹਾਂ, ਜਿਨ੍ਹਾਂ ਨੂੰ ਆਪਾਂ ਗੁਰਮੁਖ, ਭਗਤ, ਸੰਤ, ਗਿਆਨੀ, ਬ੍ਰਹਮ ਗਿਆਨੀ ਭਾਵ ਅਧਿਆਤਮਕ ਰਸਤੇ ਤੇ ਚੱਲਣ ਵਾਲੇ ਜਿਹੜੇ ਹਨ, ਉਹਨਾਂ ਦੇ ਅੰਦਰ ਹਮੇਸ਼ਾ ਵਾਹਿਗੁਰੂ ਯਾਦ ਵਿੱਚ ਰਹਿੰਦਾ ਹੈ। ਜਿਨ੍ਹਾਂ ਨੇ ਗੁਰੂ ਹੁਕਮ ਕਮਾਇਆ ਵੀ ਸਾਹ ਸਾਹ ਸਿਮਰੋ ਗੋਬਿੰਦ, ਉਹ ਇਸ ਦੀ ਕਮਾਈ ਕਰਦੇ ਨੇ, ਉਹਨਾਂ ਦੇ ਜੀਵਨ ਵਿੱਚ ਪਲ ਪਲ ਸਵਾਸ ਸਵਾਸ ਉਸ ਦੀ ਯਾਦ ਵਸੀ ਹੈ। ਤਾਂ ਹੀ ਗੁਰਦੇਵ ਨੇ ਗੱਲ ਕੀਤੀ, ਆਪਾਂ ਸੁਖਮਨੀ ਸਾਹਿਬ ਵਿੱਚ ਹੀ ਪੜ੍ਹਦੇ ਹਾਂ ਕਿ ਉਸ ਮਾਲਕ ਦਾ ਨਾਮ ਹੀ ਜਿਹੜਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਵਸਦਾ ਕਿੱਥੇ ਹੈ, ਭਗਤ ਜਨਾ ਕੈ ਮਨ ਵਿਸਰਾਮ। ਆਧਾਰ ਤੇ ਉਹੀ ਹੈ ਨਾ, ਉਹ ਗੱਲ ਵੱਖਰੀ ਹੈ ਕਿ ਇਸ ਪੰਕਤੀ ਨੂੰ ਬਾਰ 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 ਪੜ੍ਹਦੇ ਹਾਂ ਪਰ ਬਾਰ ਬਾਰ ਪੜ੍ਹ ਕੇ ਵਿੱਚ ਸਮਝ ਨਾ ਆਇਆ। ਅਸੀਂ ਅੱਖਰਾਂ ਤੇ ਖੜ ਗਏ ਵੀ 24 ਅਸ਼ਟਪਦੀਆਂ 24 ਸ਼ਲੋਕ ਇਹ ਸੁੱਖਾਂ ਦੀ ਮਣੀ ਹੈ, ਪਰ ਸੁਖਮਨੀ ਸਾਹਿਬ ਕੀ ਸਮਝਾਉਂਦੀ ਹੈ ਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਵਾਹਿਗੁਰੂ ਦਾ ਨਾਮ ਹੈ ਅੰਮ੍ਰਿਤ, ਵਾਹਿਗੁਰੂ ਦਾ ਨਾਮ ਹੈ ਸੁਖਦਾਤਾ। ਸੁਖਦਾਤਾ ਪੈ ਭੰਜਨੋ, ਜਿਹੜਾ ਰੱਬ ਦੀ ਗੱਲ ਕੀਤੀ ਹੈ ਉਸ ਮਾਲਕ ਦੇ ਸਨਮੁਖ ਜੋਦੜੀ ਕਰਨੀ ਤੇ ਮੁਖ ਦਿਖਾਏਗਾ ਤਾਂ ਨਾ ਜੇ ਜਪਿਆ ਹੋਏਗਾ।
ਉੱਥੇ ਉਸ ਸੁਖਦਾਤੇ ਦੇ ਦਰ ਤੇ ਖੜਾ ਤਾਂ ਹੋ ਸਕਣਾ ਜੇ ਤੂੰ ਗੁਰੂ ਦੇ ਹੁਕਮ ਦੀ ਕਮਾਈ ਕਰਦੇ ਆ ਉੱਥੇ ਜਾਣ ਜੋਗਾ ਹੋਇਆ। ਹੁਣ ਆਪਾਂ ਆਈਏ ਗੁਰੂ ਦੀ ਗੱਲ ਮੰਨਦੇ ਨਾ ਹੋਈਏ, ਮੂੰਹ ਤੇ ਦਾੜੀ ਕੱਟੀ ਹੋਵੇ, ਸਿਰ ਤੇ ਦਸਤਾਰ ਨਾ ਹੋਵੇ, ਪਹਿਨਾਵਾ ਅਜੀਬ ਜਿਹਾ ਪਾ ਕੇ ਤੇ ਉਹ ਕੁਝ ਪਾ ਕੇ ਆਈਏ ਜਿਹੜਾ ਮਨ ਦੀ ਮਰਜ਼ੀ ਦਾ, ਤੇ ਗੁਰੂ ਕੋਲ ਆ ਕੇ ਆਖੀਏ ਬਾਬਾ ਜੀ ਬੇਨਤੀ ਕਰੋ, ਤੇ ਬਾਬੇ ਤੱਕ ਤੇ ਜਾਣ ਹੀ ਨਹੀਂ ਦੇਣਾ। ਸੇਵਾਦਾਰਾਂ ਨੇ ਕਹਿਣਾ ਪਹਿਲਾਂ ਤੇ ਡਰੈਸ ਮੁਕੰਮਲ ਕਰ ਭਰਾ, ਕੀ ਪਾਈ ਫਿਰਦਾ, ਇਹ ਗੁਰਦੁਆਰੇ ਆਉਣ ਦੀ ਨਹੀਂ ਹੈ। ਹੁਣ ਜੇ ਮੁੱਖ ਕਾਲਾ ਹੈ, ਜੇ ਰੂਪ ਮਨ ਮਰਜ਼ੀ ਦੇ ਕਰਮ ਕਾਂਡ ਕਰਕੇ ਅਸੀਂ ਆਪਣੇ ਅੰਦਰ ਨੂੰ ਮੈਲਾ ਕੀਤਾ, ਫਿਰ ਦਾਤੇ ਦੇ ਦਰਬਾਰ ਵਿੱਚ ਕਿਵੇਂ ਪਹੁੰਚਾਂਗੇ? ਬਾਬੇ ਕਬੀਰ ਦਾ ਬਚਨ ਹੈ ਨਾ, ਭਗਤ ਕਬੀਰ ਸਾਹਿਬ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਇਹ ਗੱਲ ਸਮਝਾਈ। ਅਸੀਂ ਲੋਕ ਨਾ ਕਿਸੇ ਦੇ ਭੋਗ ਵੇਲੇ ਤੇ ਸ਼ਬਦ ਸੁਣਦੇ ਤੇ ਪੜ੍ਹਾਉਂਦੇ ਹਾਂ, ਰਾਮ ਸਿਮਰ ਪਛਤਾਏਗਾ ਮਨ, ਇਸ ਵਿੱਚ ਕੀ ਪੜ੍ਹਦੇ ਹਾਂ, ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ। ਤੇਰਾ ਮੂੰਹ ਤੇ ਹੋਇਆ ਪਿਆ ਕਰਮਾਂ ਦੇ ਕਰਕੇ, ਮੰਦੀਆਂ ਆਦਤਾਂ ਕਰਕੇ, ਮਾੜੇ ਭੈੜੇ ਵਿਚਾਰਾਂ ਕਰਕੇ ਕਾਲਾ, ਤੇ ਫਿਰ ਉਸ ਸੁਖਦਾਤੇ ਦੇ ਸਾਹਮਣੇ ਖੜਾ ਕਿਵੇਂ ਹੋਏਗਾ? ਇਸ ਕਰਕੇ ਆਪਣੇ ਅੰਦਰ ਨਾਮ ਨੂੰ ਟਿਕਾ, ਆਪਣੇ ਅੰਦਰ ਪ੍ਰੀਤਮ ਵਾਹਿਗੁਰੂ ਨੂੰ ਵੇਖ, ਉਸ ਦੇ ਸਨਮੁਖ ਖੜੇ ਹੋਣ ਜੋਗਾ ਜੀਵਨ ਬਣਾ ਲੈ, ਫਿਰ ਕੀ ਹੋਏਗਾ? ਰਾਮ ਨਾਮ ਅੰਤਰ ਉਰਧਾਰ ਕਰਕੇ ਟਿਕਾ ਕੇ ਗੁਰੂ ਦੀ ਸਿੱਖਿਆ ਨੂੰ ਕਮਾਣ ਕਰ, ਪੂਰੇ ਗੁਰ ਕੀ ਪੂਰੀ ਦੀਖਿਆ, ਪੂਰੇ ਗੁਰੂ ਦੀ ਦੀਖਿਆ ਸ਼ਬਦ ਸਿੱਖਿਆ ਉਪਦੇਸ਼, ਪੂਰੇ ਗੁਰੂ ਦਾ ਉਪਦੇਸ਼ ਵੀ ਪੂਰਾ ਹੈ। ਹੁਕਮ ਤੇ ਸਾਨੂੰ ਇਹੀ ਹੈ, ਪੂਰੇ ਗੁਰ ਕਾ ਸੁਣ ਉਪਦੇਸ਼, ਪਰ ਪੂਰੇ ਗੁਰੂ ਦਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ, ਇਹ ਅਸੀਂ ਪੜ੍ਹਾਉਣੀ ਹੈ, ਅਸੀਂ ਪੜ੍ਹ ਨਹੀਂ ਰਹੇ। ਜਪ ਪੂਰੀ ਸਿੱਖਿਆ ਨੂੰ ਸੁਣ, ਤੇ ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਉਸਨੇ ਸੱਚ ਦੀ ਸੱਚੇ ਰੱਬ ਦੀ ਪਰਖ ਕਰ ਲਈ ਸਮਝ ਆ ਗਈ। ਇਸ ਸੰਸਾਰ ਵਿੱਚ, ਇਸ ਜਗਤ ਵਿੱਚ ਅਗਰ ਕੋਈ ਮੇਰਾ ਸਾਥੀ ਹੈ, ਅਗਰ ਕੋਈ ਮੈਨੂੰ ਸਵਾਰਨ ਵਾਲਾ ਹੈ, ਅਗਰ ਕੋਈ ਤੋੜ ਮੇਰਾ ਮਦਦਗਾਰ ਹੋ ਕੇ ਨਿਭੇਗਾ, ਉਹ ਅਕਾਲ ਪੁਰਖ ਵਾਹਿਗੁਰੂ ਤੇ ਉਸ ਦਾ ਨਾਮ ਹੈ। ਇੱਥੇ ਇਤਿਹਾਸ ਨੂੰ ਦੇਖੀਏ ਥੋੜਾ ਜਿਹਾ, ਬਚਨ ਆਇਆ ਵੀ ਪੂਰੇ ਗੁਰ ਕੀ ਪੂਰੀ ਦੀਖਿਆ, ਸਿੱਖਿਆ ਗੁਰੂ ਪੂਰੇ ਦੀ ਲੈਣੀ ਪੈਣੀ ਹੈ। ਗੁਰੂ ਦੀ ਸਿੱਖਿਆ ਤੋਂ ਬਿਨਾਂ ਜਿਤਨਾ ਮਰਜ਼ੀ ਮਨੁੱਖ ਧਰਮ ਦੇ ਕਰਮ ਕਰਦਾ ਹੋਵੇ, ਇਤਿਹਾਸਕ ਹਵਾਲਾ ਹੈ, ਦੋ ਗੁਰੂ ਸਾਹਿਬਾਨ ਦਾ ਜੀਵਨ ਸਾਡੇ ਸਾਹਮਣੇ ਹੈ। ਬਾਬਾ ਲਹਿਣਾ ਜੀ ਅਜੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਕੋਲ ਨਹੀਂ ਗਏ, ਅਜੇ ਸਿੱਖ ਵੀ ਨਹੀਂ ਬਣੇ, ਅਜੇ ਸਿੱਖੀ ਬਾਰੇ ਜਾਣਕਾਰੀ ਕੋਈ ਨਹੀਂ। ਦੇਵੀ ਦੇ ਪੁਜਾਰੀ ਨੇ ਦਰਸ਼ਨਾਂ ਨੂੰ ਸੰਗ ਇਕੱਠ ਲੈ ਕੇ ਜਾਂਦੇ ਆ, ਲੇਕਿਨ ਜਦੋਂ ਭਾਈ ਜੋਧ ਜੀ ਕੋਲੋਂ ਅੰਮ੍ਰਿਤ ਬਾਣੀ ਸਰਵਣ ਕਰਨ ਦਾ ਸੁਭਾਅ ਲਿਆ, ਦੇਖੋ ਆਪਾਂ ਗੱਲ ਕਰਦੇ ਹਾਂ ਵੀ ਪਾਤਸ਼ਾਹ ਕਰਤਾਰਪੁਰ ਸਾਹਿਬ ਆਏ ਗੁਰੂ ਨਾਨਕ ਸਾਹਿਬ ਨੂੰ ਮਿਲੇ, ਲੇਕਿਨ ਸੱਚ ਜਾਣਨ ਨਾ ਗੁਰੂ ਨਾਨਕ ਦਾਤੇ ਤੋਂ ਪਹਿਲਾਂ ਜਿਹੜਾ ਉਹਨਾਂ ਦਾ ਅੰਮ੍ਰਿਤ ਕਲਾਮ ਸ਼ਬਦ ਦਰਗਾਹੀ ਹੁਕਮ ਉਹਨਾਂ ਦੇ ਕੰਨੀ ਪਿਆ ਨਾ, ਸੱਚ ਤੇ ਇਹ ਸੀ ਵੀ ਗੁਰੂ ਨਾਨਕ ਵਾਸਤੇ ਪਿਆਰ ਉਸੇ ਵੇਲੇ ਜਾਗ ਗਿਆ, ਇਹੋ ਜਿਹਾ ਪਿਆਰ ਜਾਗਿਆ। ਉਹ ਬਾਣੀ ਸਰਵਣ ਕੀਤੀ ਭਾਈ ਜੋਧ ਜੀ ਪਾਸੋਂ ਕਿ ਗੁਰੂ ਨਾਨਕ ਦੀ ਤਲਾਸ਼ ਸ਼ੁਰੂ ਹੋ ਗਈ, ਆਰੰਭਤਾ ਹੋ ਗਈ ਬਾਬੇ ਨਾਨਕ ਦੇ ਰਾਹ ਤੇ ਪੈਣ ਚੱਲਣ ਦੀ, ਮਿਲਾਪ ਹੋਇਆ, ਸਿੱਖੀ ਕਮਾਈ ਤੇ ਗੁਰੂ ਦਾ
ਰੁਤਬਾ ਪ੍ਰਾਪਤ ਕੀਤਾ। ਦੂਸਰੀ ਗੱਲ, ਧੰਨ ਗੁਰੂ ਅਮਰਦਾਸ ਸਾਹਿਬ, ਸਤ ਸੰਗਤ 20 ਵਾਰੀ ਯਾਤਰਾ ਕੀਤੀ ਹਰਿਦੁਆਰ ਦੀ। ਕੁਛ ਲਿਖਾਰੀਆਂ ਨੇ, ਪ੍ਰਿੰਸੀਪਲ ਸਤਵੀਰ ਸਿੰਘ ਨੇ ਲਿਖਿਆ ਵੀ ਸਾਲ ਵਿੱਚ 2 ਵਾਰੀ ਜਾਂਦੇ ਸਨ ਤੇ 20 ਸਾਲ ਬਣਦੇ ਆ। 1521 ਤੋਂ ਆਰੰਭ ਤਾਂ ਹੋਈ ਇਹਨਾਂ ਦੀ ਯਾਤਰਾ ਦੀ, ਪਹਿਲੀ ਵਾਰ ਉਹ 1521 ਵਿੱਚ ਯਾਤਰਾ ਲੈ ਕੇ ਗਏ, ਹਰਿਦੁਆਰ ਦਰਸ਼ਨ ਕਰਨ ਗਏ ਔਰ 41 ਦੇ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਪਹੁੰਚਦੇ ਆ ਤੇ 20 ਸਾਲਾਂ ਦੇ ਵਿੱਚ ਆਪ ਜੀ ਨੇ ਯਾਤਰਾਵਾਂ ਕੀਤੀਆਂ, ਧਰਮ ਦੇ ਕਰਮ ਵੀ ਬਹੁਤ ਕੀਤੇ। ਲੇਕਿਨ ਇੱਕੋ ਬੰਦੇ ਨੇ ਜਾਗ ਦਿੱਤੀ, ਜਦੋਂ ਸੁਰਤ ਕਿਸੇ ਗੱਲ ਨੂੰ ਸਮਝ ਲੈਂਦੀ ਹੈ ਤੇ ਅੱਛੇ ਬੁਰੇ ਦੀ ਸੋਝੀ ਤਾਂ ਹੀ ਹੁੰਦੀ ਹੈ ਨਾ, ਉਹ ਬੋਲ ਕੇ ਆ ਉਸ ਸਾਧ ਨੇ ਕਿ ਨਿਗੁਰੇ ਦੇ ਹੱਥੋਂ ਖਾ ਕੇ ਮੇਰਾ ਜੀਵਨ ਬਰਬਾਦ ਹੋ ਗਿਆ। ਬਸ ਇਤਨੀ ਗੱਲ ਜੀਵਨ ਨੂੰ ਬਦਲ ਗਈ, ਤੜਪ ਸ਼ੁਰੂ ਹੋਈ, ਗੁਰੂ ਦੀ ਸਿੱਖਿਆ, ਗੁਰੂ ਦੀ ਬਰਕਤ ਆਪਣੇ ਘਰ ਦੇ ਵਿੱਚ, ਆਪਣੇ ਹੀ ਪਰਿਵਾਰ ਦੇ ਵਿੱਚ। ਧੰਨ ਸਤਿਗੁਰੂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਬੱਚੀ, ਜੋ ਕਿ ਆਪ ਜੀ ਦੇ ਗੁਰੂ ਅਮਰਦਾਸ ਸਾਹਿਬ ਦੇ ਭਰਾ ਸਨ, ਭਾਈ ਮਾਨਕ ਚੰਦ, ਉਹਨਾਂ ਦਾ ਅੱਗੇ ਸਪੁੱਤਰ ਸੀ ਭਾਈ ਜੱਸੂ। ਭਾਈ ਜੱਸੂ ਨੂੰ ਵਿਆਹੇ ਹੋਏ ਸਨ ਤੇ ਅਜੇ ਵਿਆਹ ਨੂੰ 3 ਸਨ, ਬਹੁਤਾ ਸਮਾਂ ਵਿਆਹ ਨੂੰ ਵੀ ਨਹੀਂ ਸੀ ਹੋਏ। ਇਸ ਸਮੇਂ ਦੇ ਦੌਰਾਨ ਗੁਰੂ ਪਿਆਰੇ ਹੋ, ਦੇਖੋ ਕਈ ਚੀਜ਼ਾਂ ਸਾਨੂੰ ਅੱਜ ਸਮਾਜਿਕ ਰੂਪ ਵਿੱਚ ਵੀ ਪਕੜਨੀਆਂ ਪੈਣੀਆਂ। ਮੈਂ ਬੜੀ ਵਾਰੀ ਇਹ ਬੇਨਤੀ ਕਰਦਾ, ਗੁਰੂ ਅਮਰਦਾਸ ਸਾਹਿਬ ਦਾ ਜੀਵਨ ਵਿਚਾਰਦੇ ਹਾਂ ਸੰਗਤਾਂ ਦੇ ਸਨਮੁੱਖ, ਕਿ ਗੁਰੂ ਅੰਗਦ ਸਾਹਿਬ ਜੀ ਨੇ ਆਪਣੀ ਬੱਚੀ ਨੂੰ, ਜਿਨ੍ਹਾਂ ਦੀ ਉਸ ਵੇਲੇ ਉਮਰ ਤਕਰੀਬਨ 15.5 ਸਾਲ ਹੈ, ਉਹਨਾਂ ਦਾ ਜਦੋਂ ਵਿਆਹ ਹੋਇਆ ਤੇ ਗੁਰੂ ਪਿਆਰੇ ਹੋ ਉਹਨਾਂ ਨੂੰ ਗੁਰੂ ਪੁੱਤਰੀ ਹੋਣ ਦੇ ਬਾਵਜੂਦ ਵੀ, ਦੇਖੋ ਕਈ ਚੀਜ਼ਾਂ ਇਤਿਹਾਸ ਚੋਂ ਪਕੜੋ, ਉਹਨਾਂ ਨੂੰ ਬਾਣੀ ਸਿਖਾਈ ਗਈ। ਅੱਜ ਕੱਲ੍ਹ ਵਾਂਗੂ ਗੁਟਕਾ ਸਾਹਿਬ ਪੋਥੀ ਸਾਹਿਬ ਤੇ ਨਹੀਂ ਸਨ ਨਾ, ਇਸ ਦਾ ਬੜਾ ਸਰਲ ਜਿਹਾ ਮਤਲਬ ਹੈ ਵੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜਾਂ ਮਾਤਾ ਖੀਵੀ ਜੀ ਬੈਠ ਕੇ ਬਾਣੀ ਪੜ੍ਹਦੇ ਸਨ, ਬੱਚੀਆਂ ਨੂੰ, ਬੱਚਿਆਂ ਨੂੰ, ਆਪਣਿਆਂ ਨੂੰ ਸੁਣਾਉਂਦੇ ਸਨ ਤੇ ਉਸ ਬਾਣੀ ਪੜ੍ਹਨ ਦਾ ਰੁਟੀਨ ਇਹੋ ਜਿਹਾ ਬਣਿਆ ਕਿ ਗੁਰੂ ਨਾਨਕ ਦੇ ਸ਼ਬਦ ਯਾਦ ਹੋ ਗਏ। ਔਰ ਦੂਸਰੀ ਗੱਲ, ਵਿਆਹ ਦੇ ਪੁੱਤਰੀ ਕਿਸ ਦੀ ਹੈ ਜੀ? ਗੁਰੂ ਗ੍ਰੰਥ ਸਾਹਿਬ ਦੀ। ਵਿਆਹ ਤੋਂ ਬਾਅਦ ਆਪਣੇ ਸਹੁਰੇ ਘਰ ਜਾ ਕੇ ਉਹ ਮਧਾਣਾ ਵੀ ਚਲਾਉਂਦੀ ਹੈ। ਅੱਜ ਦੀਆਂ ਬੱਚੀਆਂ ਨੂੰ ਬੀਬੀ ਅਮਰੋ ਤੋਂ ਵੀ ਸਿੱਖਿਆ ਲੈਣ ਦੀ ਲੋੜ ਹੈ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਵਰਗਾ ਤੇ ਨਾ ਕਿਸੇ ਦਾ ਪਿਤਾ ਹੋ ਸਕਦਾ, ਭਾਈ ਧੰਨ ਹੋ ਸਕਦਾ ਹੋਵੇ, ਲੇਕਿਨ ਧੰਨ ਹੈ ਬਾਬਾ ਜੀ ਤੁਹਾਡਾ ਜੀਵਨ, ਤੁਹਾਡਾ ਦਿੱਤਾ ਆਪਣੇ ਪਰਿਵਾਰਾਂ ਨੂੰ ਉਪਦੇਸ਼ ਕਿ ਆਪ ਜੀ ਦੀ ਉਹ ਬੱਚੀ ਜਿਸ ਦੇ ਅੱਗੇ ਦੁਨੀਆਂ ਨਿਭਦੀ ਉਸ ਦੀ ਧੀ ਹੋਵੇ ਤੇ ਮਧਾਣਾ ਅੰਮ੍ਰਿਤ ਵੇਲੇ ਪਾ ਕੇ ਤੇ ਉਹ ਵੀ ਰਿੜਕਦੀ ਹੈ ਤੇ ਨਾਲ ਨਾਲ ਸਾਧ ਸੰਗਤ ਜੀ ਉਹ ਬਾਣੀ ਵੀ ਪੜ੍ਹਦੀ ਹੈ। ਅੱਜ ਤੇ ਮਾਣ ਹੀ ਬੜਾ ਹੈ, ਮੇਰੇ ਬਾਪੂ ਨੇ ਵਿਆਹ ਕੀਤਾ ਹੈ। ਸਾਡੇ ਸਮਾਜ ਵੀ ਜਿਹੜੀਆਂ ਕੁਰੀਤੀਆਂ ਪੈ ਗਈਆਂ, ਇਹ ਰੀਤਾਂ ਨਹੀਂ ਨੇ, ਇਹ ਕੁਰੀਤਾਂ ਨੇ, ਇਹ ਮਜ਼ਬੂਤੀ ਸਾਨੂੰ ਇਤਿਹਾਸ ਦੇ ਰਾਹੀਂ ਤੇ ਬਾਣੀ ਦੇ ਰਾਹੀਂ ਪਕੜ ਸਮਝਣੀ ਪੈਣੀ ਹੈ। ਸੋ ਖੈਰ, ਬਾਣੀ ਪੜ੍ਹੀ, ਗੁਰੂ ਨਾਨਕ ਸਾਹਿਬ ਦਾ ਸ਼ਬਦ ਮਾਰੂ ਰਾਗ ਵਿੱਚ ਹੈ, 990 ਨੰਬਰ ਅੰਕ ਤੇ ਉਹ ਸ਼ਬਦ ਹੈ, ਆਪਾਂ ਨਾ ਭੁੱਲਦੇ ਹੋਈਏ। ਦੇਖੋ, ਕਰਨੀ ਕਾਗਜ਼ ਮਨ ਵਸ ਬਾਣੀ, ਬੁਰਾ ਭਲਾ ਦੋਏ ਲੇਖ ਭਏ। ਹੁਣ ਜਿਹੜਾ ਜਗਿਆਸੂ ਹੈ ਨਾ, ਉਹ ਚੀਜ਼ ਨੂੰ ਪਕੜਦਾ, ਜਗਿਆਸਾ ਤੋਂ ਬਿਨਾਂ ਕੁਛ ਨਹੀਂ ਮਿਲਦਾ।
ਪਿਆਸ ਹੈ, ਤਲਾਸ ਹੈ, ਅਰਦਾਸ ਹੈ, ਤੇ ਅਰਦਾਸ ਫਿਰ ਆਸ ਪੂਰੀ ਕਰ ਦਿੰਦੀ ਹੈ ਤੇ ਬੰਦ ਖਲਾਸ ਹੁੰਦਾ, ਫਿਰ ਗੁਰੂ ਕੋਲ ਆ ਕੇ ਮਿਲਣ ਦਾ ਫਾਇਦਾ ਲਾਭ ਹੋਇਆ। ਇਹੋ ਜਿਹਾ ਬਦਲਾਵ ਜੀਵਨ ਵਿੱਚ ਆਇਆ, ਧੰਨ ਗੁਰੂ ਅੰਗਦ ਸਾਹਿਬ ਨੂੰ ਮਿਲੇ, ਤੇ ਜਿਨ੍ਹਾਂ ਨੂੰ ਨਿਗੁਰਾ ਕਹਿ ਕੇ ਸਾਥੀ ਸਾਥ ਛੱਡ ਗਏ ਉਹ ਬਾਬਾ ਅਮਰਦਾਸ ਜੀ। ਪਹਿਲਾਂ 11 ਸਾਲ ਪੂਰੀ ਸੇਵਾ ਹੈ, ਤੇ ਉਸ ਤੋਂ ਬਾਅਦ ਪੂਰਨ ਸਿੱਖੀ ਜਦੋਂ ਕਮਾਈ, ਫਿਰ ਗੁਰੂ ਦਾ ਉਹ ਮੁਕਾਮ ਵੀ ਪ੍ਰਾਪਤ ਹੋਇਆ। ਕਾਰਨ ਕੀ ਹੈ? ਕਿਉਂਕਿ ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰਖਿਆ। ਉਹਨਾਂ ਨੂੰ ਫਿਰ ਸੱਚ ਦੀ ਸਮਝ ਆ ਗਈ, ਉਹਨਾਂ ਨੇ ਫਿਰ ਉਹ ਅਡੰਬਰ, ਫਿਰ ਉਹ ਦੁਨੀਆਂ ਦੇ ਦਿਖਾਵੇ ਕਰਮ ਛੱਡ ਦਿੱਤੇ। ਸੱਚ ਦੀ ਸਮਝ ਆ ਗਈ ਤੇ ਸੱਚੀ ਬਾਣੀ ਪੜ੍ਹਨ ਲੱਗ ਪਏ, ਸੇਵਾ ਸਿਮਰਨ ਵਿੱਚ ਜੁੜ ਗਏ। ਗੁਰੂ ਤੋਂ ਬਿਨਾਂ ਗੱਤ ਨਹੀਂ, ਇਹ ਗੱਲ ਸੋਝੀ ਉਹਨਾਂ ਨੂੰ ਮਾਲਕ ਨੇ ਬਖਸ਼ ਦਿੱਤੀ। ਇਸ ਕਰਕੇ ਪੂਰੇ ਗੁਰੂ ਦਾ ਉਪਦੇਸ਼ ਸੁਣਨਾ, ਤੇ ਉਪਦੇਸ਼ ਕੀ ਹੈ? ਬਾਣੀ, ਜੋ ਗੁਰ ਕਹੈ ਸੋਈ ਭਲ ਮਾਨੋ। ਸਤ ਸੰਗਤ, ਬਾਣੀ ਤੋਂ ਉੱਪਰ ਕੁਛ ਨਹੀਂ। ਅਧਿਆਤਮਿਕਤਾ ਦੇ ਰਸਤੇ ਤੇ ਦੇਖੋ, ਸਿੱਖ ਵਾਸਤੇ ਜੋ ਹਿਦਾਇਤ ਹੈ, ਜੋ ਆਗਿਆ ਹੈ ਨਾ ਗੁਰੂ ਕੀ, ਉਹ ਇੱਕੋ ਹੈ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ। ਇਸ ਕਰਕੇ ਸਤਿਗੁਰੂ ਦਾ ਹੁਕਮ ਸੁਣਨਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਗੁਰਬਾਣੀ ਗਾਇਨ ਕਰਨ ਦੀ ਹਿਦਾਇਤ ਹੈ, ਤੇ ਉਹ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਸੱਚ ਤੇ ਝੂਠ ਦਾ ਨਿਬੇੜਾ ਕਰੀਏ। ਮਨ ਧਨ ਨਾਮ ਜਪੋ। ਹਜ਼ੂਰ ਕਹਿੰਦੇ ਨੇ ਮਨ ਕਰਕੇ ਵੀ ਤੇ ਤਨ ਕਰਕੇ ਵੀ। ਮਨ ਤਨ ਪ੍ਰਭ ਆਰਾਧੀਐ ਹੋਵੇ ਆਨੰਦ ਘਣਾ। ਮੇਰੇ ਮਨ ਮੁਖ ਹਰ 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 ਬੋਲੀ ਹੈ, ਮਨ ਨੂੰ ਵੀ ਤੇ ਮੁਖ ਸਰੀਰ ਕਰਕੇ ਹੈ, ਜਪਣਾ ਹੈ, ਵਾਹਿਗੁਰੂ ਬੋਲਣਾ, ਹਰੀ ਦਾ ਜਾਪ ਕਰਨਾ। ਮਨ ਤਨ ਨਾਮ ਜਪੋ, ਪਰ ਜਪਣਾ ਕਿਵੇਂ ਹੈ? ਲਿਵ ਲਾਏ, ਇਕਾਗਰਤਾ ਨਾਲ, ਸਹਿਜ ਨਾਲ ਹੈ। ਵਾਹਿਗੁਰੂ ਦਾ ਜਾਪ ਤੇ ਠਹਿਰਾਵ ਬਖਸ਼ਦਾ ਹੈ। ਚੰਚਲ ਮਨ ਨੂੰ ਰੋਕਣ ਲਈ ਵਾਹਿਗੁਰੂ ਦੇ ਗੁਣ ਗਾਉਣੇ ਆਪਾਂ, ਦੌੜਦੇ ਮਨ ਨੂੰ, ਨੱਠਦੇ ਭੱਜਦੇ ਮਨ ਨੂੰ ਟਿਕਾ ਵਿੱਚ ਲਿਆਉਣਾ ਆਪਾਂ, ਤੇ ਉਹ ਕਿਵੇਂ ਆਏਗਾ? ਗੁਰੂ ਦਾ ਸ਼ਬਦ ਸੁਣ ਕੇ ਤੇ ਗੁਰੂ ਦੇ ਸ਼ਬਦ ਦੀ ਹਿਦਾਇਤ ਮੁਤਾਬਕ ਵਾਹਿਗੁਰੂ ਦੇ ਨਾਮ ਵਿੱਚ ਆਪਣੀ ਸੁਰਤ ਨੂੰ ਜੋੜੇ ਹਾਂ। ਇਸ ਕਰਕੇ ਸਾਹਿਬ ਕਹਿੰਦੇ ਨੇ, ਪੂਰੇ ਗੁਰੂ ਦੀ ਸਿੱਖਿਆ ਤੋਂ ਬਾਅਦ ਜਦੋਂ ਤੂੰ ਜਪਣ ਲੱਗ ਪਏਗਾ, ਫਿਰ ਦੁੱਖ ਮਨ ਤੇ ਭੋ ਜਾਏ। ਜੀਵਨ ਵਿੱਚੋਂ ਦੁੱਖ ਦਰਦ ਨਿਕਲੇਗਾ ਤੇ ਮਨ ਦੇ ਵਿੱਚੋਂ ਭੋ ਜਿਹੜਾ ਹੈ ਨਾ ਮਨੁੱਖ ਦੇ, ਉਹ ਜਨਮ ਮਰਨ ਦਾ ਡਰ ਹੈ, ਉਹ ਖਤਮ ਹੋ ਜਾਏਗਾ। ਇਹ ਡਰ ਵੀ ਮਨੁੱਖ ਦੇ ਅੰਦਰ ਹੰਗਤਾ ਕਰਕੇ ਹੈ, ਮੈਂ ਮੇਰੀ ਕਰਕੇ ਹੈ। ਜਦੋਂ ਬੰਦੇ ਨੂੰ ਹੁੰਦਾ ਨਾ ਮੇਰੇ ਕੋਲ ਬਹੁਤ ਕੁਛ ਹੈ, ਅਹੰਕਾਰ ਹੋਏਗਾ, ਮਾਣ ਹੋਏਗਾ, ਉਸਨੂੰ ਭੈ ਹਮੇਸ਼ਾ ਵਿਆਪਤ ਹੈ। ਗੁਰੂ ਸਾਹਿਬ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਚਿੰਤਾ ਸ਼ਬਦ ਅਮੀਰ ਲਈ ਵਰਤਿਆ ਹੈ, ਅਮੀਰ ਭਾਵ ਜਿਹਦੇ ਕੋਲ ਬਹੁਤ ਹੈ ਉਹਨੂੰ ਗਵਾਉਣ ਦਾ ਖਤਰਾ ਹੈ। ਤੇ ਜੀਵਨ ਵੀ ਰੱਬ ਦਾ ਦਿੱਤਾ ਹੈ, ਜਿਹੜੇ ਭਗਤ ਜਨ ਸਨ ਨਾ, ਗੁਰੂ ਪਾਤਸ਼ਾਹ ਦੀ ਬਾਣੀ ਸਮਝਾਉਂਦੀ ਹੈ, ਜਿਨ੍ਹਾਂ ਨੇ ਸੱਚ ਨੂੰ ਕਮਾਇਆ ਉਹ ਬੇਖੌਫ ਹੋ ਗਏ, ਉਹਨਾਂ ਦੇ ਅੰਦਰੋਂ ਡਰ ਮੁੱਕ ਗਿਆ। ਕਿਉਂਕਿ ਡਰ ਤਾਂ ਮੁੱਕਿਆ
ਉਹਨਾਂ ਨੂੰ ਪਤਾ ਹੈ ਵੀ ਲੈ ਕੇ ਕੀ ਆਏ ਸਾਂ, ਜਿਹੜਾ ਗਵਾ ਕੇ ਜਾਣ ਦਾ ਖਤਰਾ ਹੈ। ਸਵਾਸ ਨੇ ਸਵਾਸਾਂ ਬਦਲੇ ਕਰਨੀ ਹੈ, ਬੰਦਗੀ ਨਾਲੇ ਜੀਵਨ ਬਣ ਜਾਂਦਾ ਹੈ। ਫਿਰ ਉਹ ਬੇਖੌਫ ਨੇ, ਉਹ ਹਮੇਸ਼ਾ ਤਿਆਰ ਨੇ, ਉਹਨਾਂ ਦਾ ਲੇਖਾ ਜਦੋਂ ਮਰਜ਼ੀ ਪੁੱਛ ਲਓ, ਕਿਉਂਕਿ ਉਹਨਾਂ ਨੂੰ ਡਰ ਕੋਈ ਨਹੀਂ। ਇਹ ਜਪਣ ਦਾ ਖਾਲੀ ਅਸੀਂ ਕਹੀਏ ਜੀ ਦਰਦਾਂ ਮਿਟ ਗਈਆਂ, ਦੁੱਖ ਦੂਰ ਹੋ ਗਏ, ਭੈ ਖਤਮ ਹੋ ਗਿਆ, ਭੈ ਕਿਸੇ ਪੜੋਸੀ ਤੋਂ ਜਾਂ ਕਿਸੇ ਦੁਸ਼ਮਣ ਤੋਂ ਹਾਰਨ ਦਾ ਡਰ ਨਹੀਂ ਹੁੰਦਾ। ਡਰ ਤੇ ਬਹੁਤ ਸਾਰੇ ਨੇ, ਮੈਂ ਮਰ ਨਾ ਜਾਵਾਂ, ਸਾਜੋ ਸਮਾਨ ਸੰਭਾਲ ਕੇ ਰੱਖਦਾ ਹੈ, ਸਮਾਜ ਵਿੱਚ ਮੇਰੀ ਨਿਰਾਦਰੀ ਨਾ ਹੋਵੇ, ਬੜਾ ਕੁਛ ਹੈ। ਲੇਕਿਨ ਜਦੋਂ ਸੱਚ ਨੂੰ ਕਮਾਇਆ ਜਾਂਦਾ ਨਾ ਗੁਰਬਾਣੀ ਦੇ ਵਿੱਚੋਂ, ਬਚਨ ਗੁਰੂ ਕੇ ਪੜ੍ਹੀਏ ਕਿ ਜਬ ਹਮ ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ ਠਾਕੁਰ ਪੈਹਾਰ, ਅਬ ਹਮ ਚੱਲੀ, ਸਮਝ ਆ ਗਈ ਨਾ। ਜਦੋਂ ਕਹਿੰਦੇ ਹੁਣ ਮੈਂ ਆਪਣੇ ਠਾਕੁਰ ਦੇ ਦਰ ਤੇ ਆ ਗਈ ਹਾਂ, ਤੇ ਜਬ ਹਮ ਸ਼ਰਨ ਪ੍ਰਭੂ ਕੀ ਆਈ, ਜਦੋਂ ਮੈਂ ਸ਼ਰਨ ਆ ਗਈ ਫਿਰ ਕੀ ਹੋਇਆ, ਰਾਖ ਪ੍ਰਭੂ ਭਾਵੈ ਮਾਰ। ਫਿਰ ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਯਾਰ, ਹੁਣ ਕੁਛ ਨਹੀਂ, ਹੁਣ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਪਰ ਸ਼ਰਤ ਇਹ ਹੈ ਕਿ ਇਹ ਆ ਕੇ ਆਖੀ ਵੀ ਅਬ ਖਮ ਚੱਲੀ ਠਾਕੁਰ ਪੈ ਹਾਰ, ਸੱਚੇ ਪਾਤਸ਼ਾਹ ਹੁਣ ਮੈਂ ਤੇਰੇ ਦਰ ਤੇ ਹਾਰ ਗਈ ਹਾਂ, ਹਾਰਨ ਦਾ ਭਾਵ ਹੈ ਆਪਣੀ ਮਤ ਛੱਡ ਕੇ ਆਈ ਹਾਂ, ਨਿਭ ਗਈ ਹਾਂ ਜੀਵ ਆਤਮਾ ਦੀ ਇਹ ਬੇਨਤੀ ਹੋਵੇ। ਤੇ ਪਾਤਸ਼ਾਹ ਕਹਿੰਦੇ ਨੇ ਸੱਚ ਵਾਪਾਰ ਕਰੋ ਵਾਪਾਰੀ, ਇਹ ਹੁਣ ਸਭਨਾਂ ਨੂੰ ਉਪਦੇਸ਼ ਹੈ ਤੇ ਇਹ ਵੀ ਸੱਚ ਜਾਣਨਾ। ਇਹ ਵਾਪਾਰੀ ਦਾ ਮਤਲਬ ਅਸੀਂ ਸਾਰੇ ਹੀ ਵਪਾਰ ਕਰਨ ਆਏ ਹਾਂ। ਅਸੀਂ ਸੋਚਦੇ ਹਾਂ ਜਿਹੜਾ ਹੱਟੀ ਕਰਕੇ ਬੈਠਾ ਹੈ ਕਾਰੋਬਾਰੀ ਹੈ, ਵੀ ਉਹੀ ਵਪਾਰੀ ਹੈ, ਨਹੀਂ। ਹਰ ਮਨੁੱਖ ਨੂੰ ਗੁਰੂ ਸਾਹਿਬ ਕਹਿੰਦੇ ਵਪਾਰ ਕਰ, ਤਾਂ ਹੀ ਸਫਲ ਹੋਏਗਾ, ਆਪਣੇ ਸਵਾਸਾਂ ਦੇ ਬਦਲੇ ਨਾਮ ਦਾ ਵਪਾਰ ਕਰ। ਵਣਜ ਕਰੋ ਵਣਜਾਰੇ ਹੋ, ਵੱਖਰ ਲੇਹੋ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜੇ ਛੁੱਟ ਗਈ ਸੰਸਾਰ। ਫਿਰ ਤਰੀਕਾ ਵੀ ਦਿੱਤਾ ਹੈ ਕਿ ਦੁਨੀਆ ਵੀ ਤਲ ਤੇ ਬੜੇ ਲੋਕ ਵਪਾਰ ਕਰਦੇ ਆ, ਕਿਨ ਹੀ ਵਣਜਿਆ ਕਾਂਛੀ ਤਾਂਬਾ, ਕਿਨ ਹੀ ਲੋਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਤੇ ਸਤਿਗੁਰੂ ਕਹਿੰਦੇ ਸੱਚ ਵਪਾਰ ਕਰੋ ਵਪਾਰੀ, ਹਰ ਕਿਸੇ ਨੂੰ ਕਹਿੰਦੇ ਤੂੰ ਵਪਾਰੀ ਹੈ, ਵਣਜ ਕਰਨ ਆਇਆ, ਸੌਦਾ ਵਿਹਾਜਣ ਹੈ ਨਾਮ ਦਾ, ਸਵਾਸਾਂ ਦੇ ਬਦਲੇ ਵਿੱਚ ਵਿਚਾਰਾਂ ਨਾ ਕਰੀ ਜਾ, ਇਹ ਕਰਾਂਗੇ ਉਹ ਕਰਾਂਗੇ, ਇਹ ਖਿਆਲ ਤੇ ਕਦੇ ਵੀ ਪੂਰੇ ਕਿਸੇ ਦੇ ਨਹੀਂ ਹੋਏ, ਕਦੇ ਨਹੀਂ ਕਿਸੇ ਦੇ ਹੁੰਦੇ। ਜਿਹੜੀ ਤ੍ਰਿਸ਼ਨਾ ਹੈ ਨਾ ਮਨੁੱਖ ਦੀ, ਇਹ ਕਦੇ ਨਹੀਂ ਬੁਝਿਆ ਕਰਦੀ, ਲੋਭ ਹੈ ਨਾ ਅੱਗੇ ਅੱਗੇ ਵੱਧਦਾ ਹੈ। ਇਸੇ ਕਰਕੇ ਬਾਣੀ ਦਾ ਬੜਾ ਪਿਆਰਾ ਬਚਨ ਹੈ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸਬਰ ਜਿਸ ਨੂੰ ਜੀਂਦੇ ਜੀ ਮਿਲਿਆ ਉਸ ਵਰਗਾ ਅਮੀਰ ਤੇ ਸੱਚਾ ਕੋਈ ਨਹੀਂ। ਤੇ ਸੱਚ ਤੇ ਇਹ ਹੈ ਵੀ ਸਬਰ ਰੱਬ ਨੇ ਦੇਣਾ ਤੇ ਸਭ ਨੂੰ ਹੀ ਹੈ। ਕਈਆਂ ਨੂੰ ਜੀਂਦੇ ਜੀ ਸਬਰ ਦੇ ਕੇ ਸੰਤੋਖੀ ਬਣਾਉਂਦਾ ਹੈ ਤੇ ਤ੍ਰਿਪਤ ਕਰਦਾ ਹੈ, ਤੇ ਕਈਆਂ ਨੂੰ ਕਬਰ ਵਿੱਚ ਪਾ ਕੇ ਕਰ ਦਿੰਦਾ ਹੈ। ਸਬਰ ਤੇ ਕਬਰ ਇਕੱਠੇ ਹੀ ਹੈ ਸਾਧ ਸੰਗਤ, ਜਿਹੜਾ ਇੱਥੇ ਸਬਰ ਵਿੱਚ ਆਇਆ ਉਸ ਲਈ ਇਹ ਗੱਲ ਪੱਕੀ ਹੋ ਜਾਂਦੀ ਹੈ ਕਿ ਉਸ ਦੇ ਜੀਵਨ ਚੋਂ ਕੋਈ ਡਰ ਕੋਈ ਭੈ ਕੋਈ ਚਿੰਤਾ ਇਹ ਦੇਖਣ ਨੂੰ ਨਹੀਂ ਮਿਲਦੀ, ਉਹ ਆਨੰਦ ਵਿੱਚ ਰਹਿੰਦਾ ਹੈ। ਤੇ ਸਾਹਿਬ ਅੱਗੇ ਕਹਿ ਰਹੇ ਨੇ ਸੱਚ ਦਾ ਵਪਾਰ ਕਰਨ ਵਾਲੇ ਵਪਾਰੀਆ, ਦਰਗਾਹ ਨਿਭ ਹੈ ਖੇਪ ਤੁਹਾਰੀ, ਇਹ ਖੇਪ ਦਾ ਅਰਥ ਹੈ ਸੌਦਾ,
ਜਿਹੜਾ ਤੂੰ ਸੱਚੇ ਨਾਮ ਦਾ ਵਣਜ ਕਰਨਾ ਸ਼ੁਰੂ ਕਰੇਗਾ, ਤੇਰੇ ਕੋਲ ਜਿਹੜੀ ਨਾਮ ਦੀ ਖੇਪ, ਨਾਮ ਦਾ ਸੋਧਾ ਹੋਵੇਗਾ, ਇਹ ਦਰਗਾਹ ਤੱਕ ਨਾਲ ਨਿਭਦਾ ਹੈ। ਇਹ ਦੁਨੀਆਂ ਵੀ ਤੇ ਇੱਥੇ ਹੀ ਹੈ। ਆ ਕਿਸੇ ਦਾ ਬਾਪੂ ਚੜ੍ਹਾਈ ਕਰ ਜੇ ਨਾ, ਉਹ ਡਰ ਸੀ ਪੁਰਾਣੇ ਵਕਤ ਵਿੱਚ ਕਿ ਜੇ ਕਿਸੇ ਨੇ ਸੋਨਾ ਪਾਇਆ ਵੀ ਹੋਵੇ ਨਾ, ਅੱਜ ਤੋਂ 50 ਸਾਲ ਪਿੱਛੇ ਨਜ਼ਰ ਮਾਰੋ ਤੇ ਲੋਕ ਡਰਦੇ ਸਨ ਵੀ ਮੁਰਦੇ ਦਾ ਕੁਛ ਵੀ ਨਹੀਂ ਲਾਉਣਾ। ਤੇ ਅੱਜ ਤੇ ਸਭ ਕੁਛ ਲਾਹ ਲੂ ਕੇ ਜੇਬਾਂ ਜੂਬਾਂ ਚੈੱਕ ਕਰਕੇ ਫੇਰ ਦੱਸਦੇ ਆ ਵੀ ਬਾਪੂ ਚੜ੍ਹਾਈ ਕਰ ਗਿਆ, ਲਾ ਲਓ ਪਹਿਲਾਂ। ਇਤਨਾ ਮੋਹ ਸਾਡਾ ਅੱਜ ਪਦਾਰਥਾਂ ਨਾਲ ਹੋ ਗਿਆ ਤੇ ਨਾਲ ਨਹੀਂ ਨਿਭਦਾ, ਕਿਉਂਕਿ ਇੱਥੇ ਹੀ ਲੁੱਟ ਲਿਆ ਜਾਂਦਾ ਹੈ। ਸਾਧ ਸੰਗਤ ਗੁਰੂ ਦੇਵ ਕਹਿੰਦੇ, ਨਾਮ ਦੇ ਵਪਾਰੀ ਆ ਨਾਮ ਸੌਦਾ ਨਿਭੇਗਾ, ਜੇ ਮਾਰਕ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾ ਸੰਗ ਤੋਸਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾ ਨਾਮ ਤੇਰੇ ਸੰਗ ਸਹਾਈ। ਇਸ ਕਰਕੇ ਦਰਗਾਹ ਨਿਭੈ ਖੇਪ ਤੁਮਾਰੀ, ਏਕਾ ਟੇਕ ਰੱਖੋ ਮਨ ਮਾਹੇ, ਇੱਕ ਵਾਹਿਗੁਰੂ ਦੀ ਟੇਕ ਮਨ ਵਿੱਚ ਰੱਖੋ, ਨਾਨਕ ਬਹੁਰ ਨਾ ਆਵੇ ਜਾਏ। ਹਜ਼ੂਰ ਕਹਿੰਦੇ ਨੇ ਹੀ ਨਾਨਕ, ਫਿਰ ਆਵਾਗਮਨ ਨਹੀਂ ਰਹੇਗਾ। ਆਵੇ ਜਾਏ ਪਹਿਲਾਂ ਜਨਮ ਨਹੀਂ ਹੋਏਗਾ, ਤੇ ਜਨਮ ਨਹੀਂ ਹੋਏਗਾ ਤੇ ਮੌਤ ਨਹੀਂ ਹੋਵੇਗੀ। ਕਿਸ ਤੇ ਦੂਰ ਕਾਂ ਕੋ ਜਾਏ, ਇੱਕ ਲੜੀ ਵਿੱਚ ਇਹ ਬਚਨ ਨੇ ਗੁਰੂ ਕੇ ਸਾਰੇ, ਕਹਿੰਦੇ ਰੱਬ ਤੋਂ ਦੂਰ ਕਿੱਥੇ ਕੋਈ ਰਹਿ ਸਕਦਾ, ਕਿਤੇ ਰੱਬ ਨੂੰ ਭੁਲਾ ਕੇ ਕੋਈ ਰਹਿ ਸਕਦਾ। ਕਿਉਂਕਿ ਨਾਲ ਹੀ ਗੁਰੂ ਨੇ ਗੱਲ ਕਰ ਦਿੱਤੀ, ਕਹਿੰਦੇ ਉਬਰੈ ਰੱਖਣ ਹਾਰ ਧਿਆਏ, ਰੱਖਣ ਹਾਰ ਵਾਹਿਗੁਰੂ ਨੂੰ ਜਪ ਕੇ ਬਚਾ ਹੁੰਦਾ, ਉਬਰਦਾ ਮੁਕਤ ਹੁੰਦਾ, ਖਲਾਸੀ ਹੁੰਦੀ ਹੈ ਤੇ ਮਨੁੱਖ ਪ੍ਰਵਾਨ ਹੁੰਦਾ। ਹੁਣ ਤੇ ਇਹ ਰੱਖਣ ਹਾਰ ਹੀ ਸਾਨੂੰ ਭੁੱਲਿਆ ਫਿਰਦਾ। ਪੜਦੇ ਜਰੂਰ ਨਾ ਰਾਖਾ ਏਕ, ਹਮਾਰਾ ਸਵਾਮੀ ਸਗਲ ਘਟਾ ਕਾ, ਅੰਤਰ ਜਾਮੀ ਅਕਲ ਦਿਨ ਲੰਘਿਆ। ਠੀਕ ਹੈ, ਜਿਹੜਾ ਲੰਘ ਗਿਆ ਸਮਾ ਵੀ ਨਹੀਂ ਮੈਂ ਬਹੁਤਾ ਵਿਸਤਾਰ ਕਰਾਂ, ਪਰ ਗੱਲ ਬੜੀ ਕਮਾਲ ਦੀ ਹੈ। ਮੈਂ ਤੇ ਇੱਥੇ ਵੀ ਹੈਰਾਨ ਹੁੰਦਾ ਵੀ ਸਾਡੇ ਗੁਰੂ ਘਰਾਂ ਵਿੱਚ ਆ ਕੇ ਆ ਜੰਗਲਿਆਂ ਨੂੰ ਰੱਖੜੀਆਂ ਬੰਨਣਗੇ। ਹੁਣ ਇਹ ਨਹੀਂ ਪਤਾ ਵੀ ਬਾਬੇ ਦਾ ਪਸਾਰਾ ਇਹਨਾਂ ਜੰਗਲਿਆਂ 'ਚ ਹੀ ਹੈ, ਕਿਹੜੇ ਹੱਥ ਨੇ ਪੈਰ ਨੇ ਕੀ ਹੈ। ਸਿੱਖ ਦੇ ਲਈ ਤੇ ਮਾਲਕ ਨੇ ਇੱਕੋ ਗੱਲ ਸਮਝਾਈ ਵੀ ਰੱਖ ਇੱਕ ਹੈ, ਤੇ ਉਸ ਅੱਗੇ ਅਰਦਾਸ ਕਰਿਆ ਕਰ, ਰੱਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਤੁਮ ਤੋਂ ਰੱਖਣ ਹਾਰ ਦਿਆਲ। ਔਰ ਉਸ ਮਾਲਕ ਨੂੰ ਹੀ ਰਾਖਾ ਜਾਣਾਂਗੇ, ਉਸੇ ਨੂੰ ਅਸੀਂ ਜਪਾਂਗੇ ਤੇ ਉਹ ਮਦਦਗਾਰ ਨੇ। ਨਿਰਭਉ ਜਪੈ ਸਗਲ ਭਉ ਮਿਟੈ, ਨਿਰਭਉ ਰੱਬ ਨੂੰ ਜਪ ਕੇ ਮਨੁੱਖ ਦੇ ਅੰਦਰੋਂ ਸਾਰੇ ਡਰ ਭੈ ਦੂਰ ਹੁੰਦੇ ਨੇ। ਤੇ ਡਰਾਂ ਦਾ ਜਿਹੜਾ ਪਰਿਵਾਰ ਹੈ ਨਾ, ਉਹ ਅਸੀਂ ਆਪ ਹੀ ਤੇ ਪੈਦਾ ਕੀਤਾ ਹੈ। ਹਰ ਗੱਲ ਵਿੱਚ ਮੈਂ ਹੋਏਗੀ, ਮੇਰਾ ਹੋਏਗਾ, ਫਿਰ ਡਰਨ ਡਰ ਜ਼ਰੂਰ ਆਰੰਭ ਹੋਏਗਾ। ਕਿਸੇ ਦਾ ਬੱਚਾ ਸੜਕ ਤੇ ਨੰਗੇ ਪੈਰੀ ਟੁਰਿਆ ਜਾਂਦਾ ਹੈ, ਸਾਨੂੰ ਕੋਈ ਡਰ ਨਹੀਂ। ਠੰਡ ਲੱਗੇ ਨਾ ਲੱਗੇ, ਗਰਮੀ ਲੱਗੇ ਨਾ ਲੱਗੇ, ਨੰਗੇ ਪੈਰੀ ਹੈ, ਸਰਦੀਆਂ ਵਿੱਚ ਨੰਗਾ ਹੈ, ਸਾਨੂੰ ਨਹੀਂ ਫਰਕ ਪੈਂਦਾ, ਕਿਉਂਕਿ ਮੇਰਾ ਕੋਈ ਰਿਸ਼ਤਾ ਨਹੀਂ। ਤੇ ਮੇਰਾ ਬੱਚਾ ਕੱਪੜੇ ਪਾਏ ਹੋਣ ਤੇ ਵੈਸੇ ਹੀ ਕਿਤੇ ਫਰਸ਼ ਤੇ ਹੀ ਨੰਗੇ ਪੈਰੀ ਖੜਾ ਹੋ ਜਾਏ ਨਾ, ਕੱਪੜੇ ਵੀ ਪੂਰੇ ਪਾਏ, ਤਾਂ ਵੀ ਮਾਂ ਪਿਤਾ ਅੰਦਰ ਦਰਦ ਹੋਏ, ਠੰਡ ਨਾ ਲੱਗ ਜੇ। ਕਿਉਂ ਡਰ ਹੋਇਆ? ਕਿਉਂਕਿ ਉਸ ਨਾਲ ਰਿਸ਼ਤਾ ਜੋ ਮੇਰਾ ਹੈ। ਤੇ ਪਾਤਸ਼ਾਹ ਕਹਿੰਦੇ ਡਰ ਤੇ ਤੂੰ ਆਪੂ ਹੀ ਬਣਾਈ ਬੈਠਾ, ਜਗਤ ਮੇਰਾ, ਪਦਾਰਥ ਮੇਰੇ, ਤੇ ਜਦੋਂ ਜਪੇਗਾ ਤੇ ਤੇਰੇ ਜੀਵਨ ਵਿੱਚ ਕੀ ਹੋਏਗਾ? ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਤੇਰਾ ਛੁਟਕਾਰਾ ਇਹਨਾਂ ਬੰਧਨਾਂ ਤੋਂ, ਇਸ ਭੈ ਤੋਂ, ਇਸ ਮੋਹ ਮਾਇਆ ਦੇ ਪਸਾਰੇ ਤੋਂ ਰੱਬ ਦੀ ਕਿਰਪਾ ਨਾਲ ਹੋਵੇਗਾ। ਜਿਸ ਪ੍ਰਭ ਰੱਖ ਹੈ ਤਿਸ ਨਾ ਹੀ ਦੁੱਖ,
ਜਿਸ ਦਾ ਰਾਖਾ ਮਾਲਕ ਆਪ ਹੈ ਨਾ, ਉਸ ਨੂੰ ਕਦੇ ਦੁੱਖ ਨਹੀਂ ਲੱਗਦਾ। ਉਹ ਪੜਦਾ ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਉਹ ਅਰਦਾਸ ਕਰਦਾ ਪੂਰਾ ਨਹੀਂ ਸਭ ਭਲਾ ਹੀ ਹੈ ਰੇ। ਉਹ ਪੜਦਾ ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ। ਜਪਜੀ ਸਾਹਿਬ ਵੀ ਅਸੀਂ ਸਾਰੇ ਪੜ੍ਹਦੇ ਹਾਂ ਪਰ ਅਸੀਂ ਅੱਧੀ ਪੰਕਤੀ ਲੈ ਲੈਂਦੇ ਹਾਂ, ਇਹ ਭੇਦਾ ਤੇਰੀ ਦਾਤਾਰ। ਪਰ ਇਹ ਸੱਚ ਹੈ, ਜਦੋਂ ਗੁਰਸਿੱਖ ਬਾਣੀ ਨੂੰ ਕਮਾਉਣ ਲੱਗਦਾ, ਜਦੋਂ ਆਪਣੇ ਪ੍ਰੀਤਮ ਨਾਲ ਆਪਣੇ ਗੁਰੂ ਨਾਲ ਰਿਸ਼ਤਾ ਦਿਲੋਂ ਜੋੜਦਾ, ਉਹ ਫਿਰ ਇਹ ਬਚਨ ਗਾ ਗਾ ਕੇ ਪੜ੍ਹਦਾ, ਕੇਤਿਆਂ ਦੁੱਖ ਭੂਖ ਸਦ ਮਾਰ, ਇਹ ਭੇਦਾਤ ਤੇਰੀ ਦਾਤਾਰ। ਗੁਰੂ ਪਿਆਰੇ ਹੋ, ਜਦੋਂ ਜਨਮੇ ਸਾਂ ਉਦੋਂ ਤਨ ਤੇ 1 ਇੰਚ ਵੀ ਕੱਪੜਾ ਨਹੀਂ ਸੀ, ਹੁਣ ਸੈਂਕੜੇ ਡਰੈਸਾਂ ਟੰਗੀਆਂ ਤਾਂ ਵੀ ਉਲਝਿਆ ਰਹਿੰਦਾ ਕਿਹੜੀ ਭਾਵਾਂ ਅਜੇ ਹੋਰ ਲੈ ਲਵਾਂ। ਡਰ ਤੇ ਆਪ ਪੈਦਾ ਕਰਨਾ ਸੀ, ਜੰਜਾਲ ਆਪੇ ਬੀਚੇ ਹੋਏ ਹੈ, ਤੇ ਉਸਨੂੰ ਫਿਰ ਗਮ ਨਹੀਂ ਹੁੰਦਾ ਕਿ ਸੱਚੇ ਪਾਤਸ਼ਾਹ ਤੂੰ ਜਿਸ ਹਾਲ ਵਿੱਚ ਰੱਖਿਆ ਤੇਰੀ ਬਹੁਤ ਕਿਰਪਾ ਹੈ। ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹਿ ਰਾਜਾ ਰਾਣਾ, ਮੈਂ ਲਿਆਇਆ ਕੀ ਸੀ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਜਿਸ ਪ੍ਰਭ ਰੱਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੁਖ। ਵਾਹਿਗੁਰੂ ਦਾ ਨਾਮ ਜਪਿਆ ਸਾਡਾ ਜੀਵਾਂ ਦਾ ਮਨ ਸੁਖੀ ਹੁੰਦਾ ਹੈ। ਦੇਖੋ ਥੋੜੀ ਜੀ ਬੇਨਤੀ ਕਰਕੇ ਮੈਂ ਅੱਗੇ ਅਰਥਾਂ ਵੱਲ ਆਵਾਂ। ਮਨ ਹੋਵਤ ਸੁਖ ਜਿਹੜੀ ਗੱਲ ਹੈ ਨਾ, ਖਾਲੀ ਸੁਖ ਨਹੀਂ ਲਿਖਿਆ, ਮਨ ਹੋਵਤ ਸੁਖ ਲਿਖਿਆ। ਬਾਹਰਲੇ ਸੁਖ ਦੇ ਸਾਧਨ ਸਾਡੇ ਕੋਲ ਬਹੁਤ ਨੇ, ਪਰ ਬੰਦਾ ਮਨ ਕਰਕੇ ਤੜਫ ਰਿਹਾ। ਸੁਖ ਦੇ ਸਾਧਨ ਬਹੁਤ ਨੇ, ਮਨ ਕਰਕੇ ਸੁਖੀ ਨਹੀਂ। ਤੇ ਗੁਰਦੇਵ ਕਹਿੰਦੇ ਤੂੰ ਬੰਦਗੀ ਕਰੇਗਾ ਤੇ ਫਿਰ ਰੋੜਿਆਂ ਤੇ ਵੀ ਤੈਨੂੰ ਨੀਂਦ ਆਵੇਗੀ, ਤੇ ਜੇ ਤੂੰ ਮਨ ਕਰਕੇ ਦੁਖੀ ਹੈ ਬੇਚੈਨੀ ਹੈ ਤੇ ਲੱਖਾਂ ਦੇ ਬੈੱਡ ਤੇ ਪਿਆ ਵੀ ਤੜਫੇਗਾ ਪਿਆਰਿਆ। ਇਸ ਕਰਕੇ ਤੂੰ ਮਨ ਵਿੱਚ ਨਾਮ ਦਾ ਵਾਸ ਕਰ, ਉਸਨੇ ਤੇਰੇ ਮਨ ਨੂੰ ਸੁਖੀ ਕਰਨਾ। ਔਰ ਜਿਸਦਾ ਮਨ ਸੁਖੀ ਹੈ ਉੱਥੇ ਸਾਰੇ ਗੁਣ ਵਰਤਦੇ ਨੇ, ਚਿੰਤਾ ਜਾਏ ਮਿਟੈ ਅਹੰਕਾਰ, ਅਹੰਕਾਰ ਮਿਟਦਾ ਤੇ ਚਿੰਤਾ ਵੀ ਨਿਕਲ ਜਾਂਦੀ ਹੈ। ਫਿਰ ਅਹੰਕਾਰ ਕਰਕੇ ਹੀ ਹੈ ਨਾ ਸਾਰਾ ਕੁਛ, ਹਾਏ ਮੈਨੂੰ ਕੋਈ ਮਾੜਾ ਨਾ ਬੋਲੇ, ਮੇਰਾ ਕੋਈ ਖੋ ਨਾ ਲਵੇ, ਮੈਂ ਤੇ ਇਹ ਹਾਂ ਮੈਂ ਤੇ ਉਹ ਹਾਂ, ਇਹ ਅਹੰਕਾਰ ਹੈ। ਤੇ ਉਹ ਚਿੰਤਾ ਮਿਟ ਜਾਂਦੀ ਹੈ। ਤਿਸ ਜਨ ਕੋ ਕੋਏ ਨਾ ਪਹੁੰਚਣ ਹਾਰ, ਜਿਸ ਦਾ ਜੀਵਨ ਇਸ ਮੁਕਾਮ ਤੱਕ ਪਹੁੰਚਿਆ, ਸਾਹਿਬ ਕਹਿੰਦੇ ਫਿਰ ਉਸ ਦੀ ਬਰਾਬਰੀ ਤੇ ਕੋਈ ਆ ਨਹੀਂ ਸਕਦਾ। ਕਿਉਂ ਨਹੀਂ ਆ ਸਕਦਾ? ਹਰ ਕਾ ਸੇਵਕ ਸੋ ਹਰ ਜਿਹਾ, ਉਸ ਰਸਤੇ ਤੇ ਤੁਰ ਪੈਂਦਾ, ਉਸ ਮਾਰਗ ਤੇ ਚੱਲਦਾ। ਇੱਕ ਉਹ ਘਟ ਘਾਟੀ ਰਾਮ ਕੀਤੇ ਚੜ ਰਹੇ ਹੋ, ਕਬੀਰ ਜਿਹੜਾ ਬੋਲ ਹੈ ਨਾ ਉਹ ਇਹੀ ਹੈ, ਚੜਦੇ ਹੈ। ਉਹਨਾਂ ਦੀ ਫਿਰ ਬਰਾਬਰੀ ਕਿਸਨੇ ਕਰਨੀ ਹੈ? ਸਿਰ ਉੱਪਰ ਠਾਡਾ ਗੁਰ ਸੂਰਾ, ਕਿਉਂਕਿ ਸਿਰ ਉੱਤੇ ਭਾਵ ਰਾਖਾ ਬਣ ਕੇ ਉਹਨਾਂ ਦੇ ਸਿਰ ਦੇ ਉੱਤੇ ਮਾਲਕ ਆਪ ਖੜਦਾ, ਗੁਰੂ ਸੂਰਮਾ ਖੜਦਾ। ਤੇ ਸਾਧ ਸੰਗਤ ਨਾਨਕ ਤਾਕੇ ਕਾਰਜ ਪੂਰਾ। ਹੁਣ ਕਹਿੰਦੇ ਬਾਬਾ ਜੀ ਕਾਰਜ ਕਿਵੇਂ ਪੂਰੇ ਹੋਣਗੇ ਜੀ? ਗੁਰੂ ਨੂੰ ਆਪਣਾ ਸਿਰ ਦਾ ਮਾਲਕ ਬਣਾ ਲੈਣਾ ਤੇ ਗੁਰੂ ਤੇਰਾ ਤਾਂ ਬਣੇਗਾ ਜੇ ਤੂੰ ਗੁਰੂ ਦੀ ਗੱਲ ਮੰਨੇਗਾ। ਹੁਣ ਦਾੜੀ ਕੱਟ ਕੇ ਬਾਂਹ ਤੇ ਖਾਲਸਾ ਲਿਖਾ ਕੇ ਟੈਟੂ ਬਾਬਾ ਦੀਪ ਸਿੰਘ ਦਾ ਜਾਂ ਹੋਰ ਕੋਈ ਬਣਾ ਕੇ ਤੋੜੀ ਗੁਰੂ ਦੀ ਕਿਰਪਾ ਵਰਤਣੀ? ਕਿਰਪਾ ਤੇ ਤਾਂ ਵਰਤਣੀ ਜੇ ਅੰਦਰ ਤੇਰੇ ਉਸ ਦਾ ਵਾਸ ਹੈ, ਜੇ ਤੂੰ ਗੁਰੂ ਨੂੰ ਸੱਚਮੁੱਚ ਮੱਥਾ ਟੇਕਦਾ। ਸੀਸ ਨਿਵਾਇਆ ਕਿਆ ਥੀ ਹੈ ਦੀ ਗੱਲ ਨਹੀਂ ਹੈ, ਮਨ ਕਰਕੇ ਗਾਇਨ ਕਰਦਾ, ਦਿਖਾਵਾ ਛੱਡਦਾ, ਫਿਰ ਇਹ ਬਰਕਤ ਹੋਵੇਗੀ। ਨਾਨਕ ਤਾਕੇ ਕਾਰਜ
ਪੂਰਾ ਸਾਧ ਸੰਗਤ ਭਾਈ ਜੋਗੇ ਦੀ ਸਾਖੀ ਸਾਰੇ ਹੀ ਸੁਣਦੇ ਸੁਣਾਉਂਦੇ ਆਪਾਂ, ਪਰ ਖਿਆਲ ਕਰਿਓ ਕਦੇ ਜਦੋਂ ਗੁਰੂ ਨੇ ਇਕਰਾਰ ਕੀਤਾ ਸੀ, ਪੁੱਛਿਆ ਸੀ ਨਾ ਜੋਗਾ ਨਾਂ ਦੱਸਿਆ, ਕਹਿੰਦੇ ਪੁੱਤਰ ਨਾਂ ਕੀ, ਕਹਿੰਦਾ ਜੋਗਾ, ਤੇ ਮਾਲਕ ਕਹਿੰਦੇ ਕਿਸਦੇ ਜੋਗਾ, ਕਹਿੰਦਾ ਗੁਰੂ ਜੋਗਾ, ਤੇ ਸਤਿਗੁਰੂ ਮਹਾਰਾਜ ਕਹਿੰਦੇ ਜੋਗਿਆ ਦੇਖ ਤੂੰ ਕਹਿ ਦਿੱਤਾ ਵੀ ਗੁਰੂ ਜੋਗਾ, ਪਰ ਗੁਰੂ ਵੀ ਇਕਰਾਰ ਕਰਦਾ ਤੂੰ ਗੁਰੂ ਜੋਗਾ ਰਵੇ ਨਾ ਰਵੇ, ਅਜੇ ਗੁਰੂ ਤੇਰੇ ਨਾਲ ਇਕਰਾਰ ਕਰਦਾ ਗੁਰੂ ਤੇਰੇ ਜੋਗਾ ਰਹੇਗਾ। ਜਿਨ੍ਹਾਂ ਪੌੜੀਆਂ ਤੇ ਗੁਰੂ ਸਿੱਖ ਨੂੰ ਨਹੀਂ ਚੜ੍ਹਨ ਦੇਣਾ ਚਾਹੁੰਦਾ, ਉੱਥੇ ਮੇਰੇ ਗੁਰੂ ਨੇ ਆਪ ਖੇਡ ਵਰਤਾਈ ਤੇ ਉਸ ਆਪਣੇ ਪਿਆਰੇ ਦੀ ਰਾਖੀ ਕੀਤੀ, ਮਾੜੀਆਂ ਪੌੜੀਆਂ ਚੜ੍ਹਨੋਂ ਵਰਜ ਦਿੱਤਾ। ਹੁਣ ਜਿਵੇਂ ਇਤਿਹਾਸ ਹੈ ਜੀ, ਉੱਥੇ ਉਸਨੂੰ ਕੋਈ ਸਿੰਘ ਨਜ਼ਰ ਆਉਂਦਾ ਆ, ਗੁਰੂ ਦੀ ਉਹ ਅਕਸ਼ ਗੁਰੂ ਦਾ ਉਹ ਪਹਿ ਅੰਦਰ ਪ੍ਰਗਟ ਹੋਇਆ ਤੇ ਉਹ ਡਰਦਾ, ਪੌੜੀਆਂ ਚੜ੍ਹਦਾ, ਉਤਰਦਾ, ਚੜ੍ਹਦਾ ਫੇਰ ਆ ਜਾਂਦਾ। ਤੇ ਗੁਰੂ ਨੇ ਬਚਨ ਕਿਹਾ ਸੀ ਨਾ ਜੋਗਿਆ ਤੇਰੇ ਨਾਲ ਇਕਰਾਰ ਕੀਤਾ ਸੀ ਜੇ ਤੂੰ ਗੁਰੂ ਜੋਗਾ ਬਣਿਆ ਤੇ ਮੈਂ ਵੀ ਤੇਰੇ ਜੋਗਾ ਸਾਂ, ਪਰ ਤੂੰ ਨਹੀਂ ਰਿਹਾ, ਪਰ ਗੁਰੂ ਤੇਰੇ ਨਾਲ ਉਹ ਨਹੀਂ ਕਰਦਾ, ਤੇ ਸਿੱਖਾ ਅੱਜ ਵੀ ਤੇ ਭਾਈ ਜੋਗੇ ਵਾਂਗੂ ਗੁਰੂ ਤੇਰੇ ਨਾਲ ਖੜ ਸਕਦਾ। ਤੇ ਗੁਰੂ ਨੇ ਬੋਲ ਕਹੇ ਸੰਜੋਗਿਆ ਜਿੱਥੇ ਮੈਂ ਸਿੱਖ ਨੂੰ ਨਹੀਂ ਭੇਜਣਾ ਚਾਹੁੰਦਾ, ਜਿਨ੍ਹਾਂ ਪੌੜੀਆਂ ਤੇ ਪੈਰ ਨਹੀਂ ਸਿੱਖ ਦੇ ਪਵਾਣੇ ਪਹਿਣ ਦੇਣੇ ਚਾਹੁੰਦਾ, ਅੱਜ ਤੂੰ ਉੱਥੇ ਵੀ ਪਹਿਰੇ ਲਵਾ ਛੱਡੇ। ਉਹ ਪਿਆਰਿਆ ਇਸ ਤੋਂ ਵੱਡਾ ਹੋਰ ਕੀ ਤੇਰੇ ਲਈ ਗੁਰੂ ਦਾ ਪ੍ਰਮਾਣ ਮਿਲੇਗਾ ਕਿ ਤੂੰ ਕਿਤੇ ਗੁਰੂ ਵੱਲ ਚੱਲ ਤੇ ਸਹੀ, ਤੂੰ ਅੰਮ੍ਰਿਤ ਛਕ ਤੇ ਸਹੀ, ਤੂੰ ਬਾਣੀ ਪੜ੍ਹ ਤੇ ਸਹੀ, ਤੂੰ ਨਿਤਨੇਮੀ ਹੋ ਤੇ ਸਹੀ, ਤੂੰ ਵਹਿਮ ਭਰਮ ਛੱਡ ਕੇ ਗੁਰ ਕਹਿਆ ਸਾਕਾਰ ਕਮਾਓ ਨੂੰ ਮਨ। ਅਗਲੇ ਬੰਦ ਵਿੱਚ ਗੁਰੂ ਸਾਹਿਬ ਫਿਰ ਕਹਿੰਦੇ ਨੇ ਉਹਨਾਂ ਦੀ ਮਤ ਸਿਆਣੀ ਬਣਦੀ ਹੈ ਗੁਰੂ ਨਾਲ ਜੁੜ ਕੇ, ਮਤ ਪੂਰੀ ਅੰਮ੍ਰਿਤ ਜਾਕੀ ਦ੍ਰਿਸ਼ਟ, ਕਿਉਂਕਿ ਗੁਰੂ ਪੂਰੀ ਮਤ ਦਾ ਮਾਲਕ ਹੈ, ਪੂਰਾ ਸਿਆਣਾ ਹੈ, ਸੁਜਾਨ ਹੈ, ਤੇ ਗੁਰੂ ਦੀ ਨਜ਼ਰ ਵਿੱਚ ਵੀ ਅੰਮ੍ਰਿਤ ਦ੍ਰਿਸ਼ਟੀ ਹੈ। ਪਰਮੇਸ਼ਰ ਦੀ ਗੱਲ ਹੈ ਤੇ ਗੁਰੂ ਪਰਮੇਸ਼ਰ ਇੱਕ ਰੂਪ ਹੈ, ਪਰਮੇਸ਼ਰ ਗੁਰੂ ਨਾਲ ਜੋੜਦਾ ਪੂਰੀ ਮਤ ਉਹ ਜਿਸ ਮਾਲਕ ਦੀ, ਅੰਮ੍ਰਿਤ ਦ੍ਰਿਸ਼ਟੀ ਜਿਸ ਦੀ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਜਿਸ ਦੇ ਦਰਸ਼ਨ ਕੀਤੇ ਆ ਸ੍ਰਿਸ਼ਟੀ ਦਾ ਉਧਾਰ ਹੋ ਜਾਂਦਾ ਹੈ। ਅਸੀਂ ਤੇ ਗੁਰੂ ਲਈ ਵੀ ਬਚਨ ਪੜ੍ਹਦੇ ਹਾਂ ਬਾਣੀ ਵਿੱਚ, ਅਮੈ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਬਸੈ ਦੁਖ ਸੰਸਾਰੈ ਖੋਬੈ, ਗੁਰ ਨਵਨਿਧ ਦਰਿਆਓ ਜਨਮ ਹਮ ਕਾਲਖ ਧੋਬੈ, ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਏ। ਉਹ ਅੰਮ੍ਰਿਤ ਦ੍ਰਿਸ਼ਟੀ ਗੁਰੂ ਤੇ ਰੱਬ ਦੀ ਸਮਾਨ ਹੈ, ਬਰਾਬਰ ਹੈ। ਸਤਿਗੁਰੂ ਵੀ ਪਰਮੇਸ਼ਰ ਵਾਂਗੂ ਸਭਨਾ ਦਾ ਭਲਾ ਕਰਦਾ ਹੈ, ਸਭਨਾ ਤੇ ਰਹਿਮਤਾਂ ਬਰਕਤਾਂ ਵਰਤਾਉਂਦਾ। ਇਸ ਕਰਕੇ ਕਹਿੰਦੇ ਨੇ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਹੁਣ ਦਰਸ਼ਨ ਕਿਵੇਂ ਕਰਨੇ, ਕੋਈ ਆਕਾਰ ਤੇ ਹੈ ਨਹੀਂ ਰੱਬ ਦਾ, ਕੋਈ ਮੂਰਤ ਤੇ ਹੈ ਨਹੀਂ, ਅਕਾਲ ਮੂਰਤ ਹੈ ਉਹ, ਤੇ ਉਸ ਦੀ ਮੂਰਤ ਹੈ ਰੱਬ ਦਾ ਗਿਆਨ, ਬਾਣੀ ਦਾ ਗਿਆਨ, ਜਿਸ ਨੂੰ ਗੁਰਬਾਣੀ ਕਹਿੰਦੀ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ। ਭਾਈ ਬਾਣੀ ਹੀ ਨਿਰੰਕਾਰ ਦਾ ਰੂਪ ਹੈ, ਉਸਦਾ ਬੋਲ ਹੈ, ਉਸਦੇ ਅਲਫਾਜ਼ ਨੇ। ਇਹੀ ਕਾਰਨ ਹੈ ਬੈਠੇ ਹੋਏ ਕਿਸੇ ਕਰਿੰਦੇ ਨੂੰ, ਨੌਕਰ ਨੂੰ ਮਾਲਕ ਦਾ ਫੁਰਮਾਨ ਆਉਂਦਾ ਹੈ, ਮਾਲਕ ਹਜ਼ਾਰਾਂ ਸੈਂਕੜੇ ਮੀਲ ਦੂਰ ਹੈ, ਹਜ਼ਾਰਾਂ ਮੀਲ ਦੂਰ ਹੈ, ਉੱਥੋਂ ਕੋਈ ਮੈਸੇਜ ਕਰਦਾ ਹੈ, ਕੋਈ ਫੋਨ ਕਰਕੇ ਮੈਸੇਜ ਸੰਦੇਸ਼ ਛੱਡਦਾ ਹੈ, ਇਹ ਕੰਮ ਇੰਜ ਕਰਨਾ, ਹੁਣ ਬੰਦਾ ਇੱਕ ਮਿੰਟ ਵਿੱਚ ਬਦਲ ਜਾਂਦਾ ਹੈ। ਜੇ ਗੱਲ ਕਰੋ ਵੀ ਹੁਣ ਤੇ ਦੂਜੇ ਪਾਸੇ ਸੀ, ਇਹ ਕਿਉਂ ਕਰਦਾ, ਕਹਿੰਦਾ ਮਾਲਕ ਨੇ ਕਿਹਾ ਹੈ।
ਤੇ ਪੁੱਛੋ ਵੀ ਮਾਲਕ ਤੇ ਬਹੁਤ ਦੂਰ ਹੈ। ਨਹੀਂ, ਮਾਲਕ ਦਾ ਹੁਕਮ ਆ ਗਿਆ, ਬੋਲ ਆ ਗਿਆ, ਮਾਲਕ ਦਾ ਹੁਕਮ ਆਇਆ ਤੇ ਮੇਰਾ ਫਰਜ਼ ਹੈ ਮੈਂ ਕਮਾਵਾਂ। ਤੇ ਸਾਧ ਸੰਗਤ, ਇਹ ਬਾਣੀ ਮਾਲਕ ਦਾ ਹੁਕਮ ਹੈ, ਅਸੀਂ ਮਾਲਕ ਦੇ ਬੱਚੇ ਅੰਸ਼ਾਂ, ਸਾਡਾ ਫਰਜ਼ ਹੈ ਮਾਲਕ ਦੇ ਹੁਕਮ ਨੂੰ ਕਮਾਣਾ ਕਰੀਏ। ਸਤਿਗੁਰੂ ਅੱਗੇ ਕਹਿ ਰਹੇ ਨੇ, ਚਰਨ ਕਮਲ ਜਾ ਕੇ ਅਨੂਪ, ਜਿਸ ਮਾਲਕ ਦੇ ਸੋਹਣੇ ਚਰਨ ਕਮਲ ਵਰਗੇ ਉਪਮਾ ਤੋਂ ਰਹਿਤ ਬੇਅੰਤਤਾ ਦੇ ਮਾਲਕ ਨੇ ਸਫਲ ਦਰਸ਼ਨ ਸੁਣ ਰੂਪ, ਕਹਿੰਦੇ ਉਸ ਹਰੀ ਦਾ ਰੂਪ ਬੇਅੰਤ ਬਹੁਤ ਸੋਹਣਾ ਉਪਮਾ ਰਹਿਤ ਹੈ ਤੇ ਉਸਦੇ ਦੀਦਾਰ ਵੀ ਸਫਲਤਾ ਮਨੁੱਖ ਨੂੰ ਬਖਸ਼ ਦਿੰਦੇ ਨੇ। ਮਨੁੱਖ ਦਾ ਜਨਮ ਜੀਵਨ ਸਕਾਰਤਾ ਹੁੰਦਾ ਹੈ। ਧਨ ਸੇਵਾ ਸੇਵਕ ਪਰਵਾਨ, ਜਿਹੜਾ ਸੇਵਕ ਮਾਲਕ ਨੂੰ ਪਰਵਾਨ ਹੁੰਦਾ ਉਹ ਕੌਣ ਹੈ? ਉਹ ਜਿਸ ਦੀ ਸੇਵਾ ਧਨ ਹੈ, ਕਬੂਲ ਹੈ, ਸੇਵਕ ਦੀ ਕੀਤੀ ਸੇਵਾ ਤੇ ਸੇਵਾ ਦੀ ਗੱਲ ਹੈ। ਬਾਣੀ ਵਿੱਚੋਂ ਇੱਕ ਪੰਕਤੀ ਕਹਿ ਕੇ ਮੈਂ ਅਗਲੇ ਬਚਨਾਂ ਨਾਲ ਜੁੜਾਂ। ਅੱਜ ਸੇਵਾ ਨੂੰ ਲੈ ਕੇ ਵੀ ਬਵਾਲ ਹੈ, ਸ਼ਬਦ ਬਵਾਲ ਵਰਤਿਆ। ਦੇਖੋ ਕਈਆਂ ਨੂੰ ਲੱਗਦਾ ਲੈ ਕਿਉਂ ਬੋਲਦੇ ਨੇ ਭਾਈ ਲੋਕ, ਉਹ ਇਸ ਲਈ ਬੋਲਣਾ ਪੈਂਦਾ ਹੈ, ਸੇਵਾ ਤੇ ਨਿਮਰਤਾ ਲਿਆਉਂਦੀ ਹੈ, ਸੇਵਾ ਤੇ ਸਹਿਜ ਲਿਆਉਂਦੀ ਹੈ। ਅਸੀਂ ਆਪਣੇ ਝਾੜੂ ਦਾ, ਜੋੜੇ ਦਾ, ਪਛਬੀਲ ਦਾ, ਜੱਥੇ ਐਸੇ ਬਣ ਗਏ, ਜੋੜੇ ਚੁੱਕ ਕੇ ਮੱਥੇ ਲਾਉਣ ਦੀ ਆਦਤ ਪਾ ਲਈ, ਪਰ ਮਨ ਵਿੱਚ ਮੈਲ ਇਕੱਠੀ ਕਰੀ ਜਾਂਦੇ ਹਾਂ, ਲੋਕਾਂ ਦੇ ਜੋੜੇ ਝਾੜਦੇ ਆਪਣੇ ਅੰਦਰ ਤੇ ਮੈਲ ਭਰੀ ਹੋਈ ਹੈ। ਸਾ ਸੇਵਾ ਕੀਤੀ ਸਫਲ ਹੈ, ਜੇ ਸਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸਮਲ ਭੰਨੇ। ਸਾਨੂੰ ਵੀ ਕਹਿਤਾ ਜਾਂਦਾ ਸ਼ਰਧਾ ਦੇ ਵਸ ਕਰਦੇ ਆ ਜੀ, ਰੋਕਿਆ ਨਾ ਕਰੋ ਪਿਆਰੇ, ਉਹ ਕਿਉਂ ਨਾ ਰੋਕੋ, ਗੁਰੂ ਕੁਝ ਹੋਰ ਸਮਝਾਉਂਦਾ, ਗਿਆਨ ਨਾਲ ਹੈ ਗੱਲ। ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਕਿਉਂਕਿ ਉਹ ਅਕਾਲ ਪੁਰਖ ਅੰਤਰ ਜਾਮੀ, ਉਹ ਪੂਰਨ ਹੈ, ਵਿਆਪਕ ਹੈ, ਸਭ ਦੀਆਂ ਜਾਣਦਾ ਤੇ ਸਭ ਤੋਂ ਵੱਡਾ ਹੈ। ਜਿਸ ਮਨ ਬਸੈ ਸੋ ਹੋਤ ਨਿਹਾਲ, ਤਾਂ ਕਹਿ ਨਿਕਟ ਨਾ ਆਵਤ ਕਾਲ। ਜਿਸ ਦੇ ਮਨ ਵਿੱਚ ਉਹ ਮਾਲਕ ਤੇ ਉਸਦੀ ਬਰਕਤ ਟਿਕ ਜਾਂਦੀ ਹੈ, ਉਹ ਨਿਹਾਲ ਪ੍ਰਵਾਨ ਹੋ ਜਾਂਦਾ ਹੈ, ਉਸ ਦੇ ਨੇੜੇ ਮੌਤ ਦਾ ਡਰ ਨਹੀਂ ਆਉਂਦਾ, ਕਿਉਂਕਿ ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ। ਹਜ਼ੂਰ ਕਹਿੰਦੇ ਨੇ, ਇਹ ਨਾਨਕ ਜਿਨ੍ਹਾਂ ਨੇ ਸੰਗਤ ਵਿੱਚ ਵਾਹਿਗੁਰੂ ਨੂੰ ਜਪਿਆ ਉਹ ਅਮਰ ਪਦਵੀ ਨੂੰ ਪਾ ਗਏ, ਅਮਰ ਪਦਵੀ ਅਮਰ ਹੋ ਗਏ, ਭਾਵ ਜਨਮ ਮਰਨ ਤੋਂ ਰਹਿਤ ਹੋ ਗਏ, ਵਾਹਿਗੁਰੂ ਵਿੱਚ ਅਭੇਦ ਹੋ ਗਏ। ਸਤਿਗੁਰੂ ਬਖਸ਼ਿਸ਼ ਕਰਨ, ਸਾਰਾ ਭਾਵ ਇੱਕੋ ਹੈ ਕਿ ਉਹ ਜੀ ਜੰਤ ਦਾ ਠਾਕੁਰ ਮਾਲਕ ਹੈ, ਅਸੀਂ ਗੁਰੂ ਰਾਹੀਂ ਉਸਨੂੰ ਜਪੀਏ, ਬਾਣੀ ਪੜ੍ਹੀਏ, ਬਾਣੀ ਵਿੱਚ ਉਸਦੇ ਦੀਦਾਰ ਕਰੀਏ, ਤੇ ਹੋਏ ਨਿਮਾਣਾ ਢਹਿ ਪਵੇ, ਦਰਗਾਹ ਮਾਣ ਨਿਮਾਣਾ ਪਾਵੇ। ਸਿਮਰਨ ਨਾਲ ਹੀ ਫਿਰ ਅਮਰ ਪਦਵੀ ਆਵਾਗਮਨ ਤੋਂ ਖਲਾਸੀ ਮਿਲੇਗੀ। ਗੁਰੂ ਪਾਤਸ਼ਾਹ ਤਰਸ ਕਰਕੇ ਨਾਮ ਦੀ ਦਾਤ, ਸੇਵਾ ਸਿਮਰਨ ਬੰਦਗੀ ਦੀ ਦਾਤ ਸਭਨਾਂ ਨੂੰ ਬਖਸ਼ਣ ਜੀ। ਇਤਨੀ ਕੁ ਬਚਨ ਪ੍ਰਵਾਨ ਕਰਨੇ, ਵਿਚਾਰਾਂ ਕਰਦੇ ਜਾਂ ਬੇਅੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਅਤੇ ਸ਼ਬਦ ਗੁਰੂ ਮਹਾਰਾਜ ਬਖਸ਼ਣ ਯੋਗ ਹਨ, ਬਖਸ਼ ਲੈਣ ਤੇ ਅੱਗੋਂ ਵਾਸਤੇ ਸ਼ਬਦ ਦੀ ਵਿਚਾਰ ਕਰਨ ਦਾ ਬਲ ਬਖਸ਼ਣ।